जय श्री राधे प्रभु, गॉड ब्लेस यू सारिआं नूं, परमेश्वर तुहानूं सब नूं बहुत 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 बरकत देवे प्रभु यीशु मसीह जी दे पवित्र ते पाक नाम दे विच। आमीन। अज मैं थोड़े नाल परमेश्वर दा वचन साझा करना चाहना हां ते अज एक ऐसा वचन मैं थोड़े नाल साझा करना है कि जे आपां इह वचन समझ लिया, ਇਹ ਵਚਨ ਸਮਝਣ ਦੇ ਮੁਤਾਬਿਕ ਜੇ ਆਪਾਂ ਡਿਸੀਜਨਸ ਉਠਾਏ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ, ਫਾਈਨੈਂਸ਼ੀਅਲੀ, ਆਪਣੇ ਕੰਮ ਦੇ ਵਿੱਚ, ਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਤੁਹਾਨੂੰ ਬਰਕਤਾਂ ਤੱਕ ਲੈ ਜਾਵੇਗਾ, ਪਰਮੇਸ਼ੁਰ ਤੁਹਾਨੂੰ ਤਰੱਕੀਆਂ ਤੱਕ ਲੈ ਜਾਵੇਗਾ, ਬੁਲੰਦੀਆਂ ਤੱਕ ਲੈ ਜਾਵੇਗਾ। ਅੱਜ ਦਾ ਵਚਨ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਜੇ ਦੇਖਿਆ ਜਾਵੇ सारे साल दे विच आपां जिन्ने भी डिसीजन उठाने हैं, लगा लो भी जे साल दे विच तुसी 1000 डिसीजन उठाने हो, उन्हां 1000 डिसीजनस ते डिपेंड करदा है कि तुसी सक्सेस वल वध रहे हो जां नहीं। जो सारे हजारां दे हजार डिसीजन सही तरीके दे नाल उठाए जाण, राइटली उठाए जाण, ते श्योरली तुसी तरक्कियां वल नूं वध रहे हो। लेकिन जे उन्हां सारे डिसीजनस दे विच तुसी इदां दे डिसीजन उठा ले जिहड़े गलत उठा ले, तुहानूं ठोकर लग गई, तां तुसी तरक्कियां वल नहीं बदलोगे बल्कि पिछे मुड़ जाओगे। सो अज दा वचन जिहड़ा मैं तुहानूं नाल साझा करना चाहुंदा आ, उह वचन काफी ज्यादा चानना पावेगा कि डिसीजनस किदां उठाने ने, किस तरह डिसीजनस लैने ने अपनी जिंदगी दे विच, स्पिरिचुअली, परसनली, फैमिली दे विच, काम दे विच, फाइनेंशियल तौर ते किस तरह उठाइए डिसीजन असी कि साडे डिसीजन गलत ना हो, साडे डिसीजन परमेश्वर दे वचन मुताबिक हो, ते असी तरक्की वल वध सकीए, विक्टरी वल वध सकीए। सो आओ सीधा परमेश्वर दे वचन विच दस जाने हैगे भई सही डिसीजन, सही फैसले ਕਿੱਦਾਂ ਲੈਣੇ ਨੇ, ਕਿ ਪਵਿੱਤਰ ਆਤਮਾ ਮਦਦ ਕਰੇ ਅੱਜ ਆਪਾਂ ਸਾਰਿਆਂ ਲਈ ਇਹ ਵਚਨ ਨੂੰ ਸਮਝਣ ਵਾਸਤੇ। ਤੇ ਆਓ ਸਭ ਤੋਂ ਪਹਿਲਾਂ ਆਪਾਂ ਪਰਮੇਸ਼ੁਰ ਦੇ ਵਚਨ ਵਿੱਚ ਜਾਵਾਂਗੇ। ਡਿਊਟਰੋਨੋਮੀ ਚੈਪਟਰ 30 ਵਰਸ 19 ਤੇ 20 ਪੜਾਂਗੇ ਪੰਜਾਬੀ ਦੇ ਵਿੱਚ। ਜੀ ਹਾਂ, ਵਿਵਸਥਾ ਸਾਰ ਅਧਿਆਇ 30 ਵਰਸ 19 ਤੇ 20। ਸੋ ਮੈਂ ਅੱਜ ਆਕਾਸ਼ ਅਤੇ ਧਰਤੀ ਨੂੰ ਤੁਹਾਡਾ ਗਵਾਹ ਮੰਨਦਾ ਹੋਇਆ ਤੁਹਾਡੇ ਅੱਗੇ ਜੀਵਨ ਅਤੇ ਮੌਤ, ਅਸੀਸ ਅਤੇ ਸ਼ਰਾਪ ਰੱਖਦਾ ਹਾਂ। ਇਸ ਲਈ ਤੁਸੀਂ ਜੀਵਨ ਦੀ ਚੋਣ ਕਰੋ ਕਿ ਤੁਸੀਂ ਅਤੇ ਤੁਹਾਡੀ ਸੰਤਾਨ ਜੀ ਸਕੋ। ਇਸ ਦਾ ਅਰਥ ਹੈ ਕਿ ਤੁਸੀਂ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਪਿਆਰ ਕਰੋ, ਉਸ ਦੀ ਆਵਾਜ਼ ਨੂੰ ਸੁਣੋ ਅਤੇ ਉਸ ਦੇ ਨਾਲ ਚਿੰਬੜੇ ਰਹੋ। ਇਹੀ ਤੁਹਾਡੇ ਲਈ ਜੀਵਨ ਹੈ ਅਤੇ ਲੰਬੀ ਉਮਰ ਹੈ। ਇਸ ਦੁਆਰਾ ਹੀ ਤੁਸੀਂ ਧਰਤੀ 'ਤੇ ਵੱਸ ਸਕੋਗੇ ਜਿਸ ਦੀ ਸਹੁੰ ਪ੍ਰਭੂ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਖਾਧੀ ਸੀ। ਜ਼ਬਰਦਸਤ ਪਰਮੇਸ਼ੁਰ ਦਾ ਵਚਨ ਆਖਦਾ ਆ, ਪ੍ਰਭੂ ਕਹਿੰਦਾ ਹੈ ਕਿ ਦੇਖੋ ਮੈਂ ਤੁਹਾਡੇ ਸਾਹਮਣੇ ਜ਼ਿੰਦਗੀ ਅਤੇ ਮੌਤ ਰੱਖ ਰਿਹਾ ਆ। ਪਰਮੇਸ਼ੁਰ ਜ਼ਿੰਦਗੀ ਵੀ ਰੱਖ ਰਿਹਾ, ਮੌਤ ਵੀ ਰੱਖ ਰਿਹਾ ਆ। ਅਤੇ ਪਰਮੇਸ਼ੁਰ ਦਾ ਵਚਨ ਆਖਦਾ ਆ ਕਿ ਤੁਸੀਂ ਇਹ ਜ਼ਿੰਦਗੀ ਅਤੇ ਮੌਤ ਵਿੱਚੋਂ ਚੁਣੋ, ਤੇ ਜੇ ਤੁਸੀਂ ਸਹੀ ਡਿਸੀਜਨ ਉਠਾਓਗੇ, ਜ਼ਿੰਦਗੀ ਨੂੰ ਚੁਣੋਗੇ, ਤੁਸੀਂ ਬਰਕਤ ਪ੍ਰਾਪਤ ਕਰੋਗੇ ਤੇ ਤੁਹਾਡੇ ਬੱਚੇ ਬਰਕਤ ਪ੍ਰਾਪਤ ਕਰਨਗੇ, ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਬਰਕਤ ਪ੍ਰਾਪਤ ਕਰਨਗੀਆਂ। ਯਾਨੀ ਕਿ ਜਿਹੜਾ ਡਿਸੀਜਨ ਅੱਜ ਤੁਸੀਂ ਉਠਾਉਂਦੇ ਹੋ ਉਹਦੇ ਨਾਲ ਤੁਹਾਡੇ ਬੱਚੇ, ਤੁਹਾਡਾ ਪਰਿਵਾਰ ਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਰੱਕੀਆਂ ਪ੍ਰਾਪਤ ਕਰਨਗੀਆਂ, ਬਰਕਤਾਂ ਪ੍ਰਾਪਤ ਕਰਨਗੀਆਂ, ਬਲੈਸਿੰਗਸ ਪ੍ਰਾਪਤ ਕਰਨਗੀਆਂ। ਆਮੇਨ। ਤਾਂ ਹੀ ਪ੍ਰਭੂ ਦੇ ਬਣੋ, ਡਿਸੀਜਨ ਛੇਤੀ ਨਾ ਉਠਾਏ ਜਾਣ, ਡਿਸੀਜਨ ਬੜੇ ਸੋਚ ਕੇ ਸਮਝ ਕੇ ਉਠਾਏ ਜਾਣ, ਕਿਉਂਕਿ ਇਹਨਾਂ ਡਿਸੀਜਨ ਤੇ ਡਿਪੈਂਡ ਕਰਦਾ ਆ ਆਪਣੀ ਜ਼ਿੰਦਗੀ, ਆਪਣਾ ਪਰਿਵਾਰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ। ਤੁਸੀਂ ਆਪਣੇ ਪਰਿਵਾਰ ਵਾਸਤੇ ਬਰਕਤ ਬਣ ਸਕਦੇ ਹੋ, ਤੁਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਰਕਤ ਬਣ ਸਕਦੇ ਹੋ, ਤੁਹਾਡੇ ਅੱਜ ਦੇ ਡਿਸੀਜਨ ਜਿਹੜੇ ਨੇ ਉਹਨਾਂ ਲਈ ਬਰਕਤ ਲੈ ਕੇ ਆ ਸਕਦੇ ਨੇ। ਕਈ ਵਾਰ ਮਾਂ ਬਾਪ ਕਹਿੰਦੇ ਹੈਗੇ ਨੇ ਵੀ ਅਸੀਂ ਆਪਣੇ ਬੱਚਿਆਂ ਨੂੰ ਕੁਛ ਨਹੀਂ ਦੇ ਸਕੇ, ਕਾਫੀ ਮੁਸ਼ਕਲ ਵਿੱਚ ਸਾਰੀ ਜ਼ਿੰਦਗੀ ਦੇ ਵਿੱਚ ਨਿਕਲੇ ਗਏ ਹਾਂ, ਗਰੀਬੀ, ਬਿਮਾਰੀ, ਤਕਲੀਫ, ਟ੍ਰਾਇਲਸ। ਲੇਕਿਨ ਪਤਾ ਕੀ, ਤੁਸੀਂ ਸਭ ਤੋਂ ਵੱਧ ਕੇ ਆਪਣੇ ਬੱਚਿਆਂ ਨੂੰ ਕੀ ਦੇ ਸਕਦੇ ਹੋ? ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਅਤੇ ਬਰਕਤਾਂ ਦੇ ਸਕਦੇ ਹੋ, ਪਰਮੇਸ਼ੁਰ ਦਾ ਆਸ਼ੀਰਵਾਦ ਦੇ ਸਕਦੇ ਹੋ। ਪੁੱਛੋ ਕਿੱਦਾਂ,
जिहड़े अज तुसीं डिसीजन उठाने हो ऐसे डिसीजन उठाओ जिहड़े परमेश्वर दे वचन मुताबिक होण, डिसीजन उठाओ जिहड़े सही होण, डिसीजन उठाओ जिहड़े जिंदगी वालों लैके जाण तुहानूं। उहदे नाल तुसीं बरकत प्राप्त करोगे तो तुहाडे बच्चे तुहाडीआं आने वाली पीढ़ियां बरकत प्राप्त करनी है। तो आने वाली पीढ़ियां आखणगे वाओ मेरे दादे ने मेरी दादी ने मेरे नाने ने मेरी नानी ने ऐसे डिसीजन उठाए कि अज असीं जिहड़ियां बरकतां एक्सपीरियंस कर रहे हैं, अज जिहड़ी प्रोस्पैरिटी एक्सपीरियंस कर रहे हैं, अज जिहड़ा प्रमोशन एक्सपीरियंस कर रहे हैं, अज जिहड़ी किरपा ते दया एक्सपीरियंस कर रहे हैं, इह उहनां दी देण आ जो उन्होंने यह मन ना उठा बनाया हुंदा, जो उन्होंने यह डिसीजन ना उठाया हुंदा, जो उन्होंने फैसला ना लिया हुंदा कि अज पता नहीं बर्बाद होना सीगा सी। लेकिन धन्यवाद करते हैं उन्होंने परमेश्वर का कि परमेश्वर उन्होंने अकल दी समझ दी ज्ञान दिता प्रकाश दिता ताकि वह डिसीजन उठा सकन। सो प्रभु दे बड़ा बहुत ही जरूरी है कि आप जो डिसीजन उठाइए परमेश्वर के वचन के मुताबिक उठाई उठा सकिए। आओ देखिए फर्स्ट कोरिंथियन चैप्टर 10 वर्स 13 पढ़ांगे, पहला कोरिंथियन 10वां चैप्टर जो 13वां वर्स देखांगे पंजाबी दे विच। जी हाँ, पहला कोरिंथियन 10 आयत 13, अजे तक थोड़े ते कोई एहो जी परीक्षा नहीं आई है जो होर लोकां ते ना आई होवे, परमेश्वर भरोसे योग है वह तुहानू एहो जी किसी परीक्षा विच नहीं पैन देवेगा जो तुहाडी शक्ति तो बाहर होवे, सगों परीक्षा आउण ते वह तुहानू उसनू सहन दी शक्ति भी देवेगा अते उस तो बाहर निकलण दा राह भी देवेगा। हुण देखो तुसीं शैतान भी आता है अपनी टेम्पटेशन लेके अजमाइश लेके, क्यों लेके आ रहा अजमाइश शैतान, क्यों लेके आ रहा टेम्पटेशन, थोनू डिगन दे वास्ते, थोनू इन्फ्लुएंस करना चाहता है ताकि तुसी गलत डिसीजन उठा सको। शैतान पूरी कोशिश करेगा थोनू इन्फ्लुएंस करने दे विच, थोनू टेम्पटेशन विच लेके आने दे वास्ते, परत्यावे दे विच सिटन दे वास्ते ताकि तुसी गलत डिसीजन उठा के जिंदगी वालों ना बच सको बल्कि दूजे पास नहीं जा सको। लेकिन प्रभु का वचन अपन दसदा है कि जो भी कोई टेम्पटेशन आती है उहदे नाल नाल परमेश्वर सानू बरकत भी दिंदा है, उहदे नाल नाल परमेश्वर सानू राह भी दिखांदा है, परमेश्वर सानू आशीर्वाद भी दिंदा है, परमेश्वर सानू एक ऐसा रास्ता दिखांदा है जिहड़ा जित वाला रास्ता है, जिहड़ी बरकत वाला रास्ता है। कोई भी इदां दी टेम्पटेशन आपणे उत्ते नहीं आ सकती जिहड़ी अपने सहन तो बाहर होवे जां जिहड़ी अपने मुकाबले तो बाहर होवे, अपनी शक्ति तो बाहर होवे। जदों भी परमेश्वर प्रत्यावे दे विच किसी नूं मतलब अलाउ करदा है परमेश्वर कि तुसीं प्रत्यावे विचों निकल के जा सको तो परमेश्वर थोड़ी स्ट्रेंथ नूं देख के थोड़ी ताकत नूं देख के ही अलाउ करदा है वी तुसीं सह सकदे हो, इह मैनूं पता है मेरी इह धी सह सकदी है, मैनूं पता है कि मेरा यह बेटा सह सकदा है इह प्रत्यावा ते मैं अलाउ करदा है, तो परमेश्वर का पवित्र आत्मा अपनी मदद करता है ताकि आपां इह डिसीजन जिहड़े हैगे ने इह सही उठा सकीए ते टेम्पटेशन विच सिट ना डिग ना सकीए बल्कि उहनूं जित के बरकत प्राप्त कर सकीए। आमीन। अगे लिखांगे संत मती दा 26वां चैप्टर उहदा वर्स 41, मैथ्यू चैप्टर 26 वर्स 41 दे विच परमेश्वर दा वचन की आंदा है, आओ देखिए पंजाबी दे विच। जी हाँ, मत्ती 26 आयत 41, जागो अते प्रार्थना करो तां जो तुसी प्रत्यावे विच ना पवो, आत्मा ता तैयार है पर शरीर कमजोर है। बिल्कुल सही, परमेश्वर ने आख्या सीगा पत्रस नू, ओ पत्रस दुआ करो ताकि तुसी अजमाइश विच ना पै सको, प्रे करो ताकि तुसी टेम्पटेशन विच डिग ना सको। जदों भी कोई अजमाइश आवे, जदों भी कोई टेम्पटेशन आवे दुआ विच, दुआ दे नाल थोड़ियां अखां खुल जाणगियां ते तुसी सही कदम उठा सकोगे, सही फैसला ले सकोगे परमेश्वर वचन दा। सो दुआ प्रेयर अपनी मदद करदा आ करदी आ ताकि पवित्र आत्मा सानू अपना आशीर्वाद देवे ते आपां टेम्पटेशन दे विच सही डिसीजन उठा के बरकत वल नूं बच सकीए। अगे जावांगे प्रभु दे बणा पहला पत्रस उहदा 5वां चैप्टर ते 8वां ते 9वां वर्स देखांगे, फर्स्ट पीटर चैप्टर 5 वर्स 8 एंड 9। जी हां, पहला पत्रस अध्याय 5 8 ते 9, सावधान हो के जागदे रहो क्योंकि तुहाडा वैरी अर्थात शैतान गर्ज दे शेर दी तरह इधर उधर लभ रहा है कि वह किसनूं पाड़ खावे, तुसी विश्वास विच अटल बणो अते उसका मुकाबला डट के करो क्योंकि तुसी जानदे हो कि तुहाडे साथी विश्वासी भी संसार भर विच इहो जिहे दुखी सह रहे हन। जबरदस्त, होर भी एक रास्ता परमेश्वर दा रूह आपां नूं दसदा आ प्रभु दा वचन
कि रेजिस्ट द डेविल। पूरा वचन अपन दस रहा है कि सबमिट योर सेल्फ टू द लॉर्ड एंड रेजिस्ट द डेविल एंड ही विल फ्ली फ्रॉम यू। जदों शैतान अजमाइश लेके आंदा है उन्हें रेजिस्ट किया जाए, उन्हें रेजिस्ट किया जाए, उन्हें सहया जाए। आमीन। रेजिस्ट किया जाए। ज्यों ज्यों तुम रेजिस्ट करोगे प्रभु के वचन के नाल, प्रभु के वचन के नाल, एक समा आएगा कि उत्थों तो भज जाएगा। प्रभु का वचन अपन दस रहा है कि जदों भी अपन कोई डिफिकल्ट डिसीजन उठाने ने, जो भी कोई जमैश भी जा रहे हैं, कोई प्रॉब्लम च जा रहे हैं, कोई सिचुएशन च जा रहे हैं, ये सारे डिसीजन परमेश्वर के वचन के मुताबिक उठाए जाए ताकि आप तरक्की प्राप्त कर सकिए। तो बाद आप देखेंगे सैकेंड तिमोथी, देखेंगे सैकेंड तिमोथी चैप्टर 2 वर्स 22, यानी कि सारे दो सैकेंड तिमोथी चैप्टर 2 वर्स 22। आओ देखिए ध्यान देना पंजाबी जी। हाँ, दूजा तिमोथियस 2:22, अपनी जवानी दियां लालसां वल्लों मूंह मोड़ अते उन्हां लोकां दी संगत कर जो पूरी इमानदारी नाल प्रभु दा नां जपदे हन अते सच्ची धार्मिकता, विश्वास, प्यार अते शांति दी खोज करदे हन। वाह, इहदे विच इक वर्ड आंदा आ वाक वे। कई जवान जो हैगे ने बुरे अपने आप नूं तकड़े समझ रहे, मैं तो बहुत तकड़ा हाँ बी, मैं जी चकदम फटे, मैं बहुत तकड़ा हाँ जी, आ जाने टेम्पटेशन, आ जाने प्रतिगावे, मैं संभाल लूंगा इन्हों। नहीं 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 नहीं, प्रभु का वचन कहता वक वे। जो कोई शरीरिक कामना के नाल जुड़ी हुई टेम्पटेशन आवे, जो कोई शरीरिक कामना के नाल जुड़िया हुआ प्रत्यावा आवे, जिस तरह समसन नू आया सीगा दलीला दे थाई दी, जो समसन जरा सीगा वह बहुत ही ज्यादा तकड़ा इंसान सीगा, तो फिर भी वह टेम्पटेशन में डिग पिया, क्योंकि भज्जा नहीं, क्योंकि उन्हें वाक वे नहीं किया। जोसेफ जरा सीगा जदों मिसिस पोटीफरनी ने उरे ते डोरियां डालन की कोशिश की सी, तो जोसेफ अपना सारा कुछ छड़ के भज गया सी, तुहानू याद है, भावें उन्हें फड़ के जेल पाता सी लेकिन वह डिग्गया नहीं सी टेम्पटेशन विच। जदों भी कोई इस तरह की टेम्पटेशन आवे जो थोड़ी फ्लैशली डिजायर्स के नाल जुड़ी हुई है, शरीरिक कामनावां जाग जांदियां ने जिहदे नाल, वचन आखदा है फ्ली अवे, यानी कि भज जाओ, तो दूर हो जाओ, क्योंकि बड़े बड़े सिर दिते ने उन्हें, सो उन्हें रिव्यू करने की लड़ नहीं, अपने आप में ज्यादा शक्तिशाली दिखाने की लड़ नहीं, वचन दसदा कि दूर हो जाओ, तो भजो तो है ना, यह प्रभु का वचन आप दसदा। आओ हम देखेंगे रोमन चैप्टर 6 देखेंगे वर्स 11 में पढ़ांगे, रोमन 6 पंजाबी वर्स 11 जी हाँ। रोमन 6:11, इसे तरह तुसी भी अपने आप नू पाप दे लई मरे हुए अते परमेश्वर दे लई मसीह यसु दे द्वारा जिउंदे समझो। बिल्कुल सही, परमेश्वर दा स्लीव अपनी मदद करदा आ ताकि आप पाप च डिग ना सकीए। प्रभु दा वचन क्लीयरली दसदा आ कि परमेश्वर दे स्लीव दियां बरकतां, प्रभु दे स्लीव दियां जिहड़ियां बरकतां ने, जे उन्हां नूं आपां अपलाई करिए, प्रभु दे सलीब दे जिहड़े प्रिंसीपल्स ने, जो उन्हां नूं आपां अपलाई करिए अपने जीवन दे विच, आपां पाप नूं मार सकदे आ। आमीन। परमेश्वर दे कुरबान होण दे थाई अपनी जिंदगी दे विच पाप हकूमत नहीं करदा, पाप अपने सोचा ते, पाप अपने मन ते हकूमत नहीं कर सकेगा, राज नहीं कर सकेगा। परमेश्वर दा सलीब, परमेश्वर दी सलीब साणू मदद करदा है, साडी मदद करदा, सानू मदद भेजदा है ताकि साडी जिंदगी च पाप की हकूमत ना चले, ताकि पाप किसी भी हालत में साडे ते काबू ना सानू पा सके, आमीन, राज ना कर सके। ताही जिहड़े बाहर लोग हैगे ने जदों प्रभु दे विच आंदे ने, शराबां च फसे होंदे ने, ड्रगां च फसे होंदे ने, होर इधर दियां चीजां च फसे होंदे ने, ओह आके आजाद हो जांदे ने, क्यों? क्योंकि जदों सलीब दे शरण थले आंदे ने ते सलीब दे जिहड़े प्रिंसीपल्स ने, सलीब दियां जिहड़ियां बरकतां ने उन्हां ते लागू होंदियां ने, ते पाप जिहड़ा टुट जांदा, अडिक्शन जिहड़ियां टुट जांदियां ने, बीमारियां जिहड़ियां टुट जांदियां ने। आमीन। बहुत बड़ी बरकत हैगी प्रभु दे पैणों जदों आपां अपनी अखां सलीब वल नूं चुकदे हां ते आपणा दिल खोल के प्रभु यीशु मसीह जी नूं अपने दिल विच सद्दे हां, मुक्तिदाता बना लैंदे हां। आमीन। सो अज प्रभु दे पैणों आपां देख रहे हैं भी किस तरह सही डिसीजन उठाने दे नाल आपां बरकत वालू, प्रोस्पैरिटी वालू, आशीर्वाद वालू बच सकते हैं, तो अपने परिवार को भी लेके जा सकते हैं, तो आने वाली 2-4 पीढ़ियां भी बरकत प्राप्त करनगे। आओ देखिए टाइटस चैप्टर 2:11-12 पंजाबी देखांगे, टाइटस 2 चैप्टर 11 ते 12 वर्स पढ़ांगे पंजाबी। जी हाँ,
33:2-12 परमेश्वर की कृपा सब मनुख जाति की मुक्ति लिए प्रगट हुई है। ये सानू सिखाती है कि असी सब अधर्म ते संसार के इच्छावां नू इसे जीवन विच इसे घड़ी त्याग दईए अते संजमी भला अते पवित्र जीवन गुजारीए। जबरदस्त लिखा है प्रभु दे बणो कि लिखा है कि कृपा नाल भरिया होया परमेश्वर सानू मुक्ति दे राह ते लेके जांदा है। जे देखा जावे ते परमेश्वर सानू इन्फ्लुएंस करदा है अपनी कृपा दे नाल ताकि आपां मुक्ति दे राह ते चल सकीए। परमेश्वर की कृपा साडे उत्ते उतरदी आ ताकि जिहड़े डिसीजनस असीं उठाने ने ਉਹ ਬਰਕਤਾਂ ਵਾਲੇ ਰਾਹ ਦੇ ਵਿੱਚ ਸਾਨੂੰ ਲੈ ਕੇ ਜਾ ਸਕੇ। ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਬੜੇ ਵਰਸ ਪੜਾਂਗੇ ਆਪਾਂ, ਫਿਲੀਪੀਅਨ ਚੈਪਟਰ 2 ਵਰਸ 13 ਦੇਖਾਂਗੇ ਪੰਜਾਬੀ ਦੇ ਵਿੱਚ। ਫਿਲੀਪੀਅਨ ਚੈਪਟਰ 2 ਵਰਸ 13 ਪੰਜਾਬੀ ਵਿੱਚ, ਫਿਲੀਪੀਅਨ 2:13 ਕਿਉਂਕਿ ਪਰਮੇਸ਼ਰ ਆਪ ਤੁਹਾਡੇ ਵਿੱਚ ਰਹਿ ਕੇ ਕੰਮ ਕਰਦਾ ਹੈ ਕਿ ਉਹ ਤੁਹਾਡੀ ਇੱਛਾ ਅਤੇ ਕੰਮਾਂ ਨੂੰ ਆਪਣੇ ਉਦੇਸ਼ ਅਨੁਸਾਰ ਪ੍ਰੇਰਣਾ ਦੇਵੇ। ਅੰਗਰੇਜ਼ੀ ਦੇਖੋ ਲਿਖਿਆ ਆ, ਗੋਡ ਵਰਕਸ ਇਨ ਅਸ to will and to do of his good will. Parmeshwar sade vich kam karda ya taaki assi sahi decision utha sakiye. Parmeshwar sade zindagi de vich apni kripa de naal sanu influence karda ya, sanu shakti dinda ya taaki apan jehde decision uthaiye oh change ho sake. So prabhu de mano ਇਹ ਤਾਂ ਆਪਾਂ ਅੱਜ ਦੇਖ ਰਹੇ ਹੈਗੇ ਹਾਂ ਕਿ ਡਿਸੀਜਨ ਦੇ ਉੱਤੇ ਗੱਲਬਾਤ ਕਰ ਰਹੇ ਹੈਗੇ ਹਾਂ ਵੀ ਰਾਈਟ ਡਿਸੀਜਨ ਕਿੱਦਾਂ ਉਠਾਉਣੇ ਨੇਗੇ। ਹੁਣ ਪਰਮੇਸ਼ਰ ਦੇ ਵਚਨ ਮੁਤਾਬਿਕ ਕੁਛ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਹੀ ਡਿਸੀਜਨ ਉਠਾਉਣ ਦੇ ਵਿੱਚ ਥੋੜ੍ਹੀ ਮਦਦ ਕਰਦੀਆਂ ਨੇ। ਕਿਹੜੀਆਂ ਨੇ ਆਹ ਦੇਖੀਏ, ਪਹਿਲੇ ਨੰਬਰ 'ਤੇ ਪ੍ਰਭੂ ਦਾ ਵਚਨ ਬਾਈਬਲ। ਪਰਮੇਸ਼ਰ ਦਾ ਵਚਨ ਲੱਗਦਾ ਆ ਪੜ੍ਹਾਂਗੇ 2 Timothy 3:16-17 ਪੰਜਾਬੀ ਦੇ ਵਿੱਚ ਦੇਖਾਂਗੇ। 2 Timothy 3:16-17 ਜੀ ਹਾਂ। ਦੂਜਾ ਤਿਮੋਥੀਅਸ 3:16-17 ਹਰ ਪਵਿੱਤਰ ਗ੍ਰੰਥ ਪਰਮੇਸ਼ਰ ਦੀ ਦੈਵੀ ਪ੍ਰੇਰਨਾ ਦੁਆਰਾ ਰਚਿਆ ਗਿਆ ਹੈ ਅਤੇ ਉਹ ਸਿੱਖਿਆ ਦੇ ਲਈ ਅਤੇ ਹਰ ਤਰ੍ਹਾਂ ਦੇ ਭਲੇ ਜੀਵਨ ਦੀ ਸਿਖਲਾਈ ਲਈ ਲਾਭਕਾਰੀ ਹੈ। ਜੋ ਇਹਨਾਂ 'ਤੇ ਚੱਲਦਾ ਹੈ ਅਰਥਾਤ ਪਰਮੇਸ਼ਰ ਦਾ ਆਦਮੀ, ਉਹ ਹਰ ਭਲਾ ਕੰਮ ਕਰਨ ਦੀ ਯੋਗਤਾ ਰੱਖੇਗਾ ਅਤੇ ਉਸ ਨੂੰ ਕਰਨ ਦੇ ਲਈ ਹਰ ਸਮੇਂ ਤਿਆਰ ਵੀ ਹੋਵੇਗਾ। ਕਲੀਅਰਲੀ ਇਹਦੇ ਵਿੱਚ ਵਚਨ ਵਿੱਚ ਲਿਖਿਆ ਹੈ ਪ੍ਰਭੂ ਦੇ ਵੱਲੋਂ ਕਿ ਪਰਮੇਸ਼ਰ ਦਾ ਵਚਨ ਜਿਹੜਾ ਹੈਗਾ ਆ ਉਹ ਸਾਡੀ ਮਦਦ ਕਰਦਾ ਆ ਤਾਂ ਕਿ ਪਰਮੇਸ਼ਰ ਦਾ ਬੰਦਾ, ਰੱਬ ਦਾ ਬੰਦਾ ਤਿਆਰ ਹੋ ਸਕੇ ਹਰ ਚੰਗੇ ਕੰਮ ਕਰਨ ਦੇ ਵਾਸਤੇ। ਜਿਹੜੇ ਤੁਸੀਂ ਵਚਨ ਪੜ੍ਹਦੇ ਹੈਗੇ ਹੋ, ਵਚਨ ਜਿਹੜੇ ਨੇ ਉਹ ਤੁਹਾਡੀਆਂ ਸੋਚਾਂ ਵਿੱਚ ਐਸਾ ਕੰਮ ਕਰਦੇ ਨੇ ਕਿ ਜਿਹੜੇ ਡਿਸੀਜਨ ਤੁਸੀਂ ਆਪਣੇ ਸੋਚਾਂ 'ਚ ਆਪਣੇ ਮਨ ਵਿੱਚ ਉਠਾਉਣੇ ਨੇ ਉਹ ਡਿਸੀਜਨ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਇਨਫਲੂਐਂਸ ਕਰ ਸਕਣ ਜਾਂ ਰੈਵਲੇਸ਼ਨ ਦੇ ਸਕਣ ਕਿ ਤੁਸੀਂ ਹਰ ਚੰਗੇ ਕੰਮ ਵਾਸਤੇ ਤਿਆਰ ਹੋ ਸਕੋ, ਕਿਉਂਕਿ ਹਰ ਰਾਈਟ ਡਿਸੀਜਨ ਉਠਾਉਣ ਦੇ ਵਾਸਤੇ ਤੁਸੀਂ ਤਿਆਰ ਹੋ ਸਕੋ। ਪ੍ਰਭੂ ਦਾ ਵਚਨ ਆਪਾਂ ਨੂੰ ਦੱਸਦਾ ਹੈਗਾ ਕਲੀਅਰਲੀ। ਹੁਣ ਤੁਹਾਨੂੰ ਯਾਦ ਆ ਸਾਰਿਆਂ ਨੂੰ ਜਸ਼ਵਾ ਚੈਪਟਰ 1:8 ਦੇ ਵਿੱਚ ਵੀ ਲਿਖਿਆ ਹੈਗਾ ਆ ਕਿ ਪਰਮੇਸ਼ਰ ਦੇ ਧਰਮ ਗ੍ਰੰਥ, ਪਰਮੇਸ਼ਰ ਦੀ ਇਹ ਜਿਹੜੀ ਪੁਸਤਕ ਹੈਗੀ ਆ ਤੁਹਾਨੂੰ ਦੂਰ ਨਾ ਹੋਵੇ ਬਲਕਿ ਦਿਨ ਰਾਤ ਇਹਦੇ 'ਤੇ ਧਿਆਨ ਕਰ ਅਤੇ ਇਹਦੇ ਲਿਖੇ ਦੇ ਮੁਤਾਬਿਕ ਹੀ ਆਪਣੀ ਜ਼ਿੰਦਗੀ ਵਿੱਚ ਕੰਮ ਕਰ ਤਾਂ ਤੂੰ ਹਰ ਪਾਸੇ ਤਰੱਕੀ ਕਰੇਗਾ ਅਤੇ ਤੇਰਾ ਬੋਲਬਾਲਾ ਹੋਵੇਗਾ। ਇਹਦੇ ਲਿਖੇ ਦੇ ਮੁਤਾਬਿਕ ਕਰਨਾ ਆ ਤਾਂ ਕਿ ਤੂੰ ਤਰੱਕੀ ਕਰ ਸਕੇ ਅਤੇ ਤੇਰਾ ਬੋਲਬਾਲਾ ਹੋ ਸਕੇ। ਹਰ ਪਾਸੇ ਦੇ ਵਿੱਚ ਤਰੱਕੀ ਕਰੇਗਾ, ਤੂੰ ਆਪਣੇ ਪਰਿਵਾਰ 'ਚ ਤਰੱਕੀ ਕਰੇਗਾ, ਆਪਣੇ ਕੰਮ 'ਚ ਤਰੱਕੀ ਕਰੇਗਾ, ਫੈਮਿਲੀ 'ਚ ਤਰੱਕੀ ਕਰੇਗਾ। ਕਦੋਂ? ਜਦੋਂ ਇਹ ਵਚਨ ਦੇ ਲਿਖੇ ਦੇ ਮੁਤਾਬਿਕ ਆਪਾਂ ਕੰਮ ਕਰਾਂਗੇ। ਲੇਕਿਨ ਇਹਦੇ ਲਈ ਆਪਾਂ ਨੂੰ ਵਚਨ ਪੜ੍ਹਨਾ ਪਏਗਾ, ਦਿਨ ਰਾਤ ਵਚਨ ਨੂੰ ਆਪਣੇ ਆਪ ਤੋਂ ਦੂਰ ਨਾ ਹੋਣ ਦੇ ਪੂਰਾ ਵਚਨ ਦੱਸਦਾ ਹੈ ਆਪਾਂ ਨੂੰ। ਸੋ ਪਹਿਲੀ ਚੀਜ਼ ਜਿਹੜੀ ਆਪਣੀ ਮਦਦ ਕਰਦੀ ਆ ਇਹ ਹੈ ਧਰਮ ਗ੍ਰੰਥ ਬਾਈਬਲ। ਪ੍ਰਭੂ ਦਾ ਵਚਨ ਬਾਈਬਲ ਸਾਰੀ ਮਦਦ ਕਰਦੀ ਆ ਤਾਂ ਕਿ ਜਿਹੜੇ ਵੀ ਡਿਸੀਜਨ ਅਸੀਂ ਉਠਾਉਂਦੇ ਹਾਂ ਉਹ ਪਰਮੇਸ਼ਰ ਦੇ ਵਚਨਾਂ ਦੀ ਲਾਈਟ ਥੱਲੇ, ਚਾਨਣ ਥੱਲੇ ਆਪਾਂ ਉਠਾ ਸਕੀਏ ਤਾਂ ਕਿ ਸਹੀ ਡਿਸੀਜਨ ਹੋਣ। ਹੋਰ ਦੂਸਰੀ ਚੀਜ਼ ਕਿਹੜੀ ਆ ਜਿਹੜੀ ਆਪਣੀ ਮਦਦ ਕਰਦੀ ਆ ਤਾਂ ਕਿ ਆਪਾਂ ਰਾਈਟ ਡਿਸੀਜਨ ਉਠਾ ਸਕੀਏ? ਪਵਿੱਤਰ ਆਤਮਾ, ਪਰਮੇਸ਼ਰ ਦਾ ਰੂਹ। 7 John 16:13 ਦੇ ਵਿੱਚ ਦੇਖਾਂਗੇ ਪੰਜਾਬੀ 'ਚ ਆਪਾਂ ਨੂੰ ਕੀ ਆਖਦਾ ਹੈ। John 16:13 ਜੀ ਹਾਂ। John 16:13 ਪਰ ਜਦੋਂ 7 ਦਾ ਆਤਮਾ ਆਏਗਾ ਉਹ ਤੁਹਾਨੂੰ ਸੰਪੂਰਨ ਸੱਤ ਵੱਲ ਲੈ ਚੱਲੇਗਾ। ਉਹ ਆਪਣੇ ਵੱਲੋਂ ਕੁਝ ਨਹੀਂ ਬੋਲੇਗਾ ਪਰ ਉਹੀ ਕਹੇਗਾ ਜੋ ਸੁਣੇਗਾ ਅਤੇ ਅੱਗੇ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। ਇੰਗਲਿਸ਼ ਦੇ ਵਿੱਚ ਬੜਾ ਜ਼ਬਰਦਸਤ ਲਿਖਿਆ, ਹਾਊਐਵਰ ਵੈਨ ਹੀ ਦ ਸਪਿਰਿਟ ਆਫ ਦ ਟਰੁੱਥ ਹੈਜ਼ ਕਮ ਹੀ ਵਿਲ
guide you into all truth. So as we let the Holy Spirit lead us, we will always make good decisions. ਜਦੋਂ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਮੁਤਾਬਿਕ ਚੱਲਾਂਗੇ, ਪਵਿੱਤਰ ਆਤਮਾ ਦੀ ਲੀਡਿੰਗ ਦੇ ਮੁਤਾਬਿਕ ਚੱਲਾਂਗੇ, ਪਵਿੱਤਰ ਆਤਮਾ ਆਪਾਂ ਨੂੰ ਗਾਈਡ ਕਰੇਗਾ, ਲੀਡ ਕਰੇਗਾ, ਤਾਂ ਕਿ ਆਪਾਂ ਡਿਸੀਜਨਸ ਰਾਈਟਲੀ ਉਠਾ ਸਕੀਏ, ਸਹੀ ਉਠਾ ਸਕੀਏ। ਸੋ ਕਿਹੜੀਆਂ ਚੀਜ਼ਾਂ ਪਰਮੇਸ਼ਰ ਦੇ ਵੱਲੋਂ ਸਾਡੀ ਮਦਦ ਕਰਦੀਆਂ ਨੇ ਤਾਂ ਕਿ ਆਪਾਂ ਰਾਈਟ ਡਿਸੀਜਨ ਉਠਾ ਸਕੀਏ? ਪਹਿਲੇ ਨੰਬਰ 'ਤੇ ਪ੍ਰਭੂ ਦਾ ਵਚਨ, ਦੂਜੇ ਨੰਬਰ 'ਤੇ ਪਵਿੱਤਰ ਆਤਮਾ, ਤੀਸਰੇ ਨੰਬਰ 'ਤੇ ਗੋਡਲੀ ਐਡਵਾਈਸ। ਜਾਣੀ ਕਿ ਜੇ ਕਲਚਰ ਚੋਂ ਆਪਾਂ ਆ ਰਹੇ ਹੈਗੇ ਕੋਈ ਡਿਸੀਜਨ ਉਠਾਉਣਾ ਹੋਵੇ, ਨਾ ਕਿਸੇ ਨੂੰ ਪਤਾ ਨਾ ਲੱਗੇ, ਕਿਸੇ ਨਾਲ ਗੱਲ ਨਾ ਕਰਿਓ, ਨਾ ਦੋਸਤਾਂ ਨਾਲ ਗੱਲ ਕਰਿਓ, ਨਾ ਚਾਚੇ ਨਾਲ ਗੱਲ ਕਰਿਓ, ਨਾ ਮਾਮੇ ਨਾਲ ਗੱਲ ਕਰਿਓ, ਨਾ ਤਾਏ ਨਾਲ ਗੱਲ ਕਰਿਓ। ਕਾਨੋਂ ਕੰਨ ਕੋ ਖਬਰ ਨਹੀਂ ਹੋਣਾ ਚਾਹੀਏ, ਕੰਧਾਂ ਦੇ ਵੀ ਕੰਮ ਕੰਨ ਹੁੰਦੇ ਨੇ। ਨਹੀਂ, ਇਹ ਗੱਲ ਚੁੱਪ ਕਰਕੇ ਕਿਸੇ ਨਾਲ ਸ਼ੇਅਰ ਨਾ ਕਰ, ਕੋਈ ਡਿਸੀਜਨ ਉਠਾ ਲੈਂਦੇ ਨੇ, ਬਾਅਦ ਵਿੱਚ ਉਹ ਡਿਸੀਜਨ ਗਲਤ ਨਿਕਲਦਾ। ਪ੍ਰਭੂ ਦਾ ਵਚਨ ਕੀ ਕਹਿੰਦਾ? ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਗੋਡਲੀ ਐਡਵਾਈਸ, ਉਹਨਾਂ ਤੋਂ ਐਡਵਾਈਸ ਲਓ ਜਿਹੜੇ ਪਰਮੇਸ਼ਰ ਦੇ ਵਿੱਚ ਹੈਗੇ ਨੇ। ਜੇ ਤੁਹਾਡੇ ਮਾਂ ਬਾਪ ਪ੍ਰਭੂ ਦੇ ਵਿੱਚ ਸਟਰੋਂਗ ਨੇ, ਤੁਸੀਂ ਮਾਂ ਕੋਲ ਬਹਿ ਕੇ, ਬਾਪ ਕੋਲ ਬਹਿ ਕੇ ਐਡਵਾਈਸ ਲਓ, ਪਾਸਟਰਸ ਦੇ ਨਾਲ ਗੱਲਬਾਤ ਕਰੋ, ਐਡਵਾਈਸ ਲਓ, ਲੀਡਰਸ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪਰਮੇਸ਼ਰ ਦੀ ਐਡਵਾਈਸ ਲਵੋ। ਮੈਂ ਹੋਰ ਜੇ ਤੁਹਾਨੂੰ ਕੋਈ ਰੂਹਾਨੀ ਬੰਦਾ ਨਜ਼ਰ ਆ ਰਿਹਾ ਆ, ਉਹ ਤੋਂ ਐਡਵਾਈਸ ਮੰਗੋ ਤੁਸੀਂ। ਆਓ ਦੇਖੀਏ ਪ੍ਰੋਵਰਬਸ ਕਹਾਵਤਾਂ ਦਾ 11th ਚੈਪਟਰ ਦੇਖਾਂਗੇ, ਉਹਦਾ ਵਰਸ 14 ਪੜ੍ਹਾਂਗੇ। ਪ੍ਰੋਵਰਬਸ ਚੈਪਟਰ 11 ਵਰਸ 14 ਪੰਜਾਬੀ ਦੇਖਾਂਗੇ। ਜੀ ਹਾਂ, ਕਹਾਵਤਾਂ 11:14, ਬਿਨਾਂ ਸਲਾਹਕਾਰਾਂ ਵਾਲੀ ਕੌਮ ਨਾਸ਼ ਹੋ ਜਾਂਦੀ ਹੈ, ਪਰ ਜਿੱਥੇ ਅਧਿਕ ਸਲਾਹਕਾਰ ਹੁੰਦੇ ਹਨ ਉਹ ਸੁਰੱਖਿਅਤ ਰਹਿੰਦੀ ਹੈ। ਮਲਟੀਪਲ ਕਾਉਂਸਲਰਸ ਦੇ ਵਿੱਚ ਸੇਫਟੀ ਹੈ। ਜਦੋਂ ਕੋਈ ਡਿਫੀਕਲਟ ਡਿਸੀਜਨ ਤੁਸੀਂ ਉਠਾਉਣਾ ਹੁੰਦਾ, ਤੁਸੀਂ 2-4 ਦੇ ਨਾਲ ਗੱਲਬਾਤ ਕਰਕੇ, ਉਹਨਾਂ ਦੀ ਰਾਏ ਲੈ ਕੇ, ਖਾਸ ਤੌਰ 'ਤੇ ਰੱਬ ਦੇ ਬੰਦੇ ਨੇ ਉਹਨਾਂ ਦੀ ਰਾਏ ਲੈ ਕੇ, ਜਾਂ ਜਿਹੜੇ ਰੱਬ 'ਚ ਤਕੜੇ ਨੇ, ਤੁਸੀਂ ਡਿਸੀਜਨਸ ਉਠਾਉਂਦੇ ਹੋ, ਤੁਸੀਂ ਗਲਤ ਨਹੀਂ ਉਠਾਉਂਦੇ। ਲੇਕਿਨ ਜੇ ਛੇਤੀ ਡਿਸੀਜਨ ਉਠਾ ਲਿਆ, ਬੇ ਚਲੋ ਵੀ ਚਿਹਰੀ ਜਾਣਾ ਡਿਸੀਜਨ ਉਠਾ ਲਓ, ਛੇੜੀ ਉਠਾ ਲਓ, ਹੈਂ ਆਪਾਂ ਧੁੱਕ ਖਾ ਲੈਂਦੇ ਹਾਂ, ਆਪਾਂ ਤਕਲੀਫ ਵਿੱਚੋਂ ਨਿਕਲ ਜਾਂਦੇ ਹਾਂ, ਆਪਾਂ ਨੂੰ ਠੋਕਰ ਲੱਗਦੀ ਹੈ। ਇਹਨਾਂ ਠੋਕਰਾਂ ਤੋਂ ਬਚਾਉਣ ਦੇ ਵਾਸਤੇ ਪ੍ਰਭੂ ਦਾ ਵਚਨ ਆਪਾਂ ਨੂੰ ਦੱਸਦਾ ਹੈ। 4th ਨੰਬਰ ਦੇ ਪ੍ਰਭੂ ਦੇ ਬਣੋ, ਪ੍ਰਭੂ ਦਾ ਵਚਨ ਦੱਸਦਾ ਆ ਕਿ ਫਾਸਟਿੰਗ ਜੋ ਹੈ ਉਹ ਵੀ ਆਪਣੀ ਮਦਦ ਕਰਦਾ ਆ, ਕਰਦੀ ਆ। ਫਾਸਟਿੰਗ, ਵਰਤ ਰੱਖਣਾ, ਰੋਜ਼ਾ ਰੱਖਣਾ। ਨਵੇਂ ਨਿਯਮ ਵਿੱਚ ਯਾਦ ਰੱਖੋ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਆਪਾਂ ਨੂੰ ਦਿੱਤਾ ਹੋਇਆ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਵੈਪਨ ਜਿਹੜਾ ਹੈਗਾ। ਪੁਰਾਣੇ ਨਿਯਮ ਦੇ ਵਿੱਚ ਹੋਰ ਵੀ ਇੱਦਾਂ ਦੇ ਵੈਪਨ ਸੀਗੇ, ਰੋਜ਼ਾ ਹੋ ਗਿਆ ਜਾਂ ਹੋਰ ਇੱਦਾਂ ਦੀਆਂ ਗੱਲਾਂ ਸੀਗੀਆਂ, ਲੇਕਿਨ ਨਵੇਂ ਨਿਯਮ ਦੇ ਵਿੱਚ ਜਦੋਂ ਆਪਾਂ ਰੋਜ਼ਾ ਰੱਖਦੇ ਹਾਂ ਅਤੇ ਉਦੋਂ ਆਪਾਂ ਪ੍ਰਭੂ ਦੇ ਵਚਨਾਂ 'ਚ ਜਾਂਦੇ ਹਾਂ, ਉਦੋਂ ਆਪਾਂ ਪ੍ਰਭੂ ਦੇ ਵਚਨਾਂ ਨੂੰ ਪੜ੍ਹਦੇ ਹਾਂ ਅਤੇ ਪਰਮੇਸ਼ੁਰ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਦੇ ਥਾਂ ਵੀ ਪ੍ਰਭੂ ਸਾਡੇ ਨਾਲ ਮਤਲਬ ਗੱਲ ਕਰਦਾ ਆ। ਯਾਦ ਰੱਖੋ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਜਦੋਂ ਆਪਣੇ 12 ਚੇਲੇ ਚੁਣੇ ਸੀਗੇ, ਉਹ 12 ਚੇਲੇ ਚੁਣਨ ਦੇ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਜੀ, ਤੁਹਾਨੂੰ ਪਤਾ ਵੀ 40 ਦਿਨ ਦਾ ਰੋਜ਼ਾ ਰੱਖਿਆ ਹੋਇਆ ਸੀਗੇ, ਅਤੇ ਬਲਕਿ ਉਸ ਰਾਤ ਵੀ ਪ੍ਰਭੂ ਯਿਸੂ ਮਸੀਹ ਜੀ ਪ੍ਰੇਅਰ ਦੇ ਵਿੱਚ ਸੀਗੇ, ਅਤੇ ਜਦੋਂ ਸਵੇਰ ਦਿਨ ਚੜਿਆ ਉਹਨਾਂ ਨੇ ਆਪਣੇ 12 ਸ਼ਗਿਰਦਾਂ ਦੇ ਨਾਲ ਗੱਲ ਬੱਕਰੀ ਪਾਈ, ਉਹਨਾਂ ਨੂੰ ਚੂਜ਼ ਕੀਤਾ। ਉਸ ਤਰ੍ਹਾਂ ਜਦੋਂ ਵੀ ਤੁਹਾਡੀ ਜ਼ਿੰਦਗੀ 'ਚ ਕੋਈ ਬਹੁਤ ਹੀ ਮੁਸ਼ਕਿਲ ਡਿਸੀਜਨ ਤੁਸੀਂ ਉਠਾਉਣਾ ਹੋਵੇ, ਅਤੇ ਅੱਛਾ ਹੈਗਾ ਕਿ ਤੁਸੀਂ ਮਤਲਬ ਬਹੁਤ ਸਾਰਾ ਸਮਾਂ ਪ੍ਰੇਅਰ ਦੇ ਵਿੱਚ ਗੁਜ਼ਾਰ ਸਕੋ, ਫਾਸਟਿੰਗ ਦੇ ਵਿੱਚ ਗੁਜ਼ਾਰ ਸਕੋ, ਤਾਂ ਕਿ ਪਰਮੇਸ਼ੁਰ ਦੀ ਜਿਹੜੀ ਬਰਕਤ ਹੈਗੀ ਆ ਤੁਹਾਡੀ ਜ਼ਿੰਦਗੀ ਦੇ ਉੱਤੇ ਆ ਸਕੇ। ਹੈ ਨਾ, ਚੇਲਿਆਂ ਦੇ ਕਰਤੱਵਯ 13th ਚੈਪਟਰ ਦੇ 2 ਵਰਸ ਦੇ ਵਿੱਚ ਵੀ ਦੱਸਿਆ ਹੋਇਆ ਆ ਕਿ ਕਿਸ ਤਰ੍ਹਾਂ ਜਿਹੜੇ ਪਰਮੇਸ਼ੁਰ ਦੇ ਸ਼ਗਿਰਦ ਸੀਗੇ ਉਹ ਵਰਤ ਰੱਖ ਕੇ, ਫਾਸਟਿੰਗ ਕਰਕੇ ਅਤੇ ਪਾਖਰੂ ਦੇ ਨਾਲ ਭਰ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਸੀਗੇ, ਤਾਂ ਕਿ ਗੁੱਡ ਡਿਸੀਜਨ ਉਠਾ ਸਕਣ। ਅਤੇ ਹੁਣ 5 ਨੰਬਰ 'ਤੇ ਪ੍ਰਾਪਤ ਬਣੇ ਇੱਕ ਹੋਰ ਫੈਕਟਰ ਹੈਗਾ, ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟਰ ਹੈਗਾ ਆ, ਅਤੇ ਉਹ ਹੈ ਪ੍ਰਾਪਤ ਬਣੋ ਪਰਮੇਸ਼ੁਰ ਦੀ ਸ਼ਾਂਤੀ। ਤੁਹਾਨੂੰ ਯਾਦ ਆ ਕਿ ਪ੍ਰਭੂ ਯਿਸੂ ਨੂੰ ਸ਼ਾਂਤੀ ਦਾ ਰਾਜਕੁਮਾਰ ਕਿਹਾ ਗਿਆ। ਪ੍ਰਭੂ ਦੀ ਸ਼ਾਂਤੀ ਤੁਹਾਨੂੂੰ ਲੀਡ ਕਰੇਗੀ, ਗਾਈਡ ਕਰੇਗੀ। ਜਦੋਂ ਤੁਹਾਡੇ ਦਿਲ 'ਚੋਂ ਸ਼ਾਂਤੀ ਗਈ ਨਾ, ਕੋਈ ਤੁਸੀਂ ਇੱਦਾਂ ਡਿਸੀਜਨ ਖਾ ਲਿਆ, ਤੁਹਾਡੀ ਸ਼ਾਂਤੀ ਕਿਉਂ ਹੋਵੇਗੀ? ਪਿੱਛੇ ਆ ਜਾਓ, ਕਿਉਂ? ਕਿਉਂਕਿ ਸਮਥਿੰਗ ਇਜ਼ ਰੋਂਗ, ਗਲਤ ਡਿਸੀਜਨ ਖਾ ਲਿਆ। ਸ਼ਾਂਤੀ ਨਾ ਗਮ ਹੋਵੇ, ਕੁਝ ਵੀ ਹੋ ਜਾਵੇ ਸ਼ਾਂਤੀ ਨਾ ਗਮ ਹੋਵੇ। ਆਓ ਦੇਖੀਏ ਆਇਜ਼ਾਇਆ ਚੈਪਟਰ 55 ਉਹਦਾ 12th ਵਰਸ ਪੜਾਂਗੇ, ਆਇਜ਼ਾਇਆ 55 ਵਰਸ 12 ਪੰਜਾਬੀ ਦੇਖਾਂਗੇ। ਜੀ ਹਾਂ, ਯਸਾਇਆ 55:12, ਸੋ ਤੁਸੀਂ ਬਾਬਲ ਤੋਂ ਖੁਸ਼ੀ ਖੁਸ਼ੀ ਬਾਹਰ ਨਿਕਲੋਗੇ ਅਤੇ ਤੁਸੀਂ ਸ਼ਾਂਤੀ ਨਾਲ ਨਗਰ ਤੋਂ ਬਾਹਰ ਕੱਢੇ ਜਾਵੋਗੇ। ਪਹਾੜ ਅਤੇ ਪਹਾੜੀਆਂ ਖੁਸ਼ੀ ਦੇ ਗੀਤ ਗਾਉਣਗੇ ਅਤੇ ਰੁੱਖ ਜੈ ਜੈਕਾਰ ਕਰਨਗੇ। ਇਹ ਵਰਸ ਬੜਾ ਜ਼ਬਰਦਸਤ ਵਰਸ ਹੈਗਾ ਪ੍ਰਭੂ ਦਾ। ਯੂ ਸ਼ੈਲ ਗੋ ਆਊਟ ਵਿਦ ਜੋਏ ਐਂਡ ਬੀ ਲੈਡ ਆਊਟ ਵਿਦ ਪੀਸ।
परमेश्वर की शांति थोनू लीड करेगी। जो तुम बाहर जाने हो, जो तुम काम से जा रहे हो, परमेश्वर की शांति थोनू लीड करे, परमेश्वर की शांति थोनू गाइड करे, परमेश्वर की परमेश्वर का पाकरू शांति थानी थोनू लीड करता गाइड करता। शांति एक ऐसा चिन्ह एक गाइडेंस है शांति जी थोड़ा गाइड जिधर शांति बढ़ती है उधर जाना है, जिधर शांति बढ़ती है जो तुम उधर चले शांति घटेगी तो वापस इधर आ जाओ। शांति तुम्हें लीड करे गाइड करे ये दी परमेश्वर का राजकुमार प्रिंस ऑफ पीस थोड़ा लीड करता थोड़ा गाइड करता। सो प्रभु मैं ये दसी कुछ गलत जी मैं शेयर की है कि डिसीजन राइट डिसीजन जो कि उठाने हैं। आओ हम देखिए कि हर डिसीजन उठाने तो पहला आप बहुत ज्यादा केयरफुल रहना है। प्रभु का वचन सानू बहुत ज्यादा चकन्ने सावधान केयरफुल रहने के वास्ते सानू दसदा है ताकि आप गलती ना कर सकी। सो जो भी डिसीजन उठाने ने और मेक श्योर कर लो कि तुसी कोई डिसीजन नहीं उठाना जे तुसी ऐसी सिचुएशन विच हो जां थोड़ी कंडीशन जे ए आ जे तुसी इस तरह महसूस कर रहे हो तो डिसीजन नहीं उठाने। किस तरह? पहले नंबर पर जो तुसी डिसीजन उठाना है दूसरे राजा दे पांचवें चैप्टर दे विच पढ़ सकते हो, जबरदस्त कहानी है, होमवर्क है थोड़े वास्ते। सैकेंड किंग चैप्टर फाइव दे विच तुसी पढ़ सकते हो कि किस तरह नामान की कहानी विच दसी गई हैगी है ते किस तरह पहले नंबर से जो आप पॉइंट देख रहे हैं वह देख रहे हैं कि जो तुसी नैगेटिव इमोशंस दे थले हो उदों कोई गलत डिसीजन नहीं उठाना। शैतान कोशिश करेगा सवेरे सवेरे आके तुम्हें इसका ऐसिया ऐसिया सोचा पावेगा थोड़े बच्चे नैगेटिव 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 सोचा पावेगा नैगेटिव सोचा पावेगा तो बाद कहोगे हाँ नहीं ये ठीक नहीं है ये गलत फिर डिसीजन उठाने लग जाऊंगे शुरू कर दूंगे है ना आ भी छेड़ दिया मैं आ भी छेड़ दिया करूँ चक्के एवं गलत पाया ये भी छेड़ दिया ये भी छेड़ दिया चलो आ कार बेच दिनी है मैं अपना ट्रक बेच दिनी है मैं आकर नैगेटिव इमोशंस के थले जो तुम है कोई डिसीजन नहीं उठाने की लड़ डिसीजन उदों उठाने ने जो तुम शांति भरे हुए हो जो तुम खुशी भरे हुए हो जो तुम प्रभु के वचन परमेश्वर के रूह के भरे हुए हो। जो भी तुम नैगेटिविटी नन्ना थोड़े मन में है ज्यादा नन्ना कर दिया है ना उदो डिसीजन नहीं उठाने बिल्कुल भी क्योंकि प्रभु का वचन दसदा है कि उदो अक्सर लोग जो गलतियां करते हैं। अब देखा प्रभु के वचन पढ़ सकते हो करे जाके सैकेंड किंग चैप्टर फाइव के कहानी तो फिर तुम देखो भी दाऊद भी जो एक बार नैगेटिव डिसीजन उन्हें उठाए जो दाऊद के नैगेटिव इमोशन हलो नहीं जा रहा उन्हें खून करवा दिता किसी का देखो एड्डी बड़ी गलती करके दी सी। सो याद रखना पहले नंबर पर कि तुम डिसीजन नहीं उठाने जो तुम नैगेटिविटी जा रहे हैं। ओके दूजे नंबर पर थोड़ा कोई भी डिसीजन थोड़ा कोई भी फैसला डर दे नाल ना होवे। डर के नहीं डिसीजन उठाने डर दे नाल डिसीजन नहीं उठाने तुहानू डर आ परिवार का तुहानू डर आ हसबेंड वाइफ के विच परिवार के विच तुहानू दूसरे फैमिली च डर आ चाचे ताए तो डर आ तुहानू कोई फाइनैशियल सिचुएशन के विच डर आ डिसीजन उठाना तुसी लैणिया दे देने पैणगे। सैकेंड टिमोथी चैप्टर 1 वर्स 7 ਦੇ ਵਿੱਚ ਦੇਖੋ ਕੀ ਲਿਖਿਆ ਹੈ। ਸੈਕੰਡ ਟਿਮੋਥੀ ਚੈਪਟਰ 1 ਵਰਸ 7 ਜੀ ਹਾਂ ਦੂਜਾ ਟਿਮੋਥੀ 1:7 ਪਰਮੇਸ਼ਰ ਨੇ ਸਾਨੂੰ ਬਲ ਪਿਆਰ ਅਤੇ ਆਪੇ ਤੇ ਕਾਬੂ ਕਰਨ ਦੀ ਦਾਤ ਦਿੱਤੀ ਹੈ। ਪ੍ਰਭੂ ਦਾ ਵਚਨ ਖਲੀ ਨਹੀਂ ਦੱਸਦਾ ਕਿ ਪਰਮੇਸ਼ਰ ਨੇ ਆਪਾਂ ਨੂੰ ਜਿਹੜਾ ਪਾਕਰੂ ਦਿੱਤਾ ਆ ਉਹ ਡਰ ਦਾ ਪਾਕਰੂ ਨਹੀਂ ਦਿੱਤਾ ਦਲੇਰੀ ਦਾ ਪਾਕਰੂ ਦਿੱਤਾ ਆ। ਜਦੋਂ ਤੁਸੀਂ ਡਰ ਥੱਲੇ ਹੋ ਉਦੋਂ ਡਿਸੀਜਨ ਖਾਣ ਦੀ ਲੋੜ ਨਹੀਂ ਹੈ ਤੁਹਾਨੂੰ। ਪ੍ਰਭੂ ਦੇ ਵਚਨਾਂ ਨੂੰ ਪੜੋ ਪ੍ਰਭੂ ਦੇ ਹਜ਼ੂਰੀ 'ਚ ਬੈਠੋ डर जाए थोड़े बिचों दूसरिया बोलिए प्रार्थना करो थोड़े बिच दलेरी आ जाए। कदे भी कोई डिसीजन नहीं उठाना जो तुम डर थे। दूसरे नंबर पर देखिए आप देख रहे हैं हूँ कि कदों डिसीजन नहीं उठाने जो तुम इन्हें थले इन चीज़ों के थले लिजा रहे हो जो तुम बहुत ज्यादा नैगेटिव चल रहे हो डिसीजन उठाने की लड़ नहीं जो तुम बहुत ज्यादा डर थलू लिजा रहे हो डिसीजन उठाने की लड़ नहीं। तीसरे नंबर देखा कदे भी डिसीजन नहीं उठाना दूसरे लोगों की मोटिवेशन पूरी करने वास्ते जो दूसरे लोग थोड़े तो कुछ एक्सपैक्ट करते हैं तुसी दूजे लोगों को इनकरेज करने वास्ते डिसीजन उठा लो वो अक्सर गलत होता है।
ਜਾਣੀ ਕਿ ਦੂਸਰੇ ਲੋਕਾਂ ਦੀ ਕੀ ਐਕਸਪੈਕਟੇਸ਼ਨ ਆ, ਦੂਸਰੇ ਲੋਕ ਕੀ ਚਾਹੁੰਦੇ ਨੇ, ਦੂਸ ਤੁਹਾਡਾ ਪਰਿਵਾਰ ਕੀ ਚਾਹੁੰਦਾ ਆ, ਤੁਹਾਡਾ ਹਸਬੈਂਡ ਵਾਈਫ ਕੀ ਚਾਹੁੰਦਾ ਆ। ਜਦੋਂ ਤੁਸੀਂ ਉਹਨੂੰ ਆਪਣੇ ਮਨ ਦੇ ਮੂਹਰੇ ਰੱਖ ਕੇ ਡਿਸੀਜਨ ਉਠਾਉਂਦੇ ਹੋ, ਤੁਸੀਂ ਗਲਤੀ ਕਰ ਸਕਦੇ ਹੋ। ਜਦੋਂ ਵੀ ਕੋਈ ਡਿਸੀਜਨ ਉਠਾਉਣਾ, ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਉਠਾਉਣਾ। ਜਦੋਂ ਦੂਸਰਿਆਂ ਨੂੰ ਖੁਸ਼ ਕਰਨ ਦੇ ਵਾਸਤੇ ਆਪਾਂ ਡਿਸੀਜਨ ਉਠਾਉਂਦੇ ਹਾਂ, ਆਪਣੇ ਪਰਿਵਾਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ, ਆਪਣੇ ਦੋਸਤਾਂ ਮਿੱਤਰਾਂ ਨੂੰ ਖੁਸ਼ ਕਰਨ ਵਾਸਤੇ, ਕੋਈ ਇੱਦਾਂ ਦਾ ਡਿਸੀਜਨ ਜਿਹੜਾ ਪਰਮੇਸ਼ਰ ਨੇ ਤੁਹਾਨੂੰ ਹਜੇ ਗ੍ਰੀਨ ਲਾਈਟ ਨਾ ਦਿੱਤੀ ਹੋਵੇ, ਹਰੀ ਝੰਡੀ ਨਾ ਦਿਖਾਈ ਹੋਵੇ, ਤੇ ਤੁਸੀਂ ਡਿਸੀਜਨ ਉਠਾ ਲਓ, ਤੇ ਬਾਅਦ ਦੇ ਵਿੱਚ ਤੁਹਾਨੂੰ ਕਹਿ ਲਓ ਕਿ ਲੈਣੇ ਦੇਣੇ ਪੈ ਜਾਣਗੇ ਪ੍ਰਭੂ ਦੇ ਪੈਰੋਂ। ਮੈਨ ਸੋ ਵੇਟ ਕਰੋ ਜਦ ਤੱਕ ਪਰਮੇਸ਼ਰ ਤੁਹਾਨੂੰ ਗ੍ਰੀਨ ਲਾਈਟ ਨਾ ਦਿਖਾਵੇ, ਜਦ ਤੱਕ ਪਰਮੇਸ਼ਰ ਤੁਹਾਨੂੰ ਲੀਡ ਨਾ ਕਰੇ, ਜਦ ਤੱਕ ਪਰਮੇਸ਼ਰ ਤੁਹਾਨੂੰ ਗਾਈਡ ਨਾ ਕਰੇ। ਆਮੇਨ। ਆਪਾਂ ਦੂਜਿਆਂ ਨੂੰ ਖੁਸ਼ ਨਹੀਂ ਕਰਨਾ, ਆਪਾਂ ਪਰਮੇਸ਼ਰ ਨੂੰ ਖੁਸ਼ ਕਰਨਾ ਹੈ। ਆਮੇਨ। ਆਪਾਂ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦਿੱਤੀ, ਆਪਣਾ ਦਿਲ ਦਿੱਤਾ ਆ, ਆਪਾਂ ਪ੍ਰਭੂ ਦੀ ਸੇਵਾ ਵਿੱਚ ਲੱਗੇ ਹੋਏ ਹਾਂ। ਜਿਹੜਾ ਵੀ ਡਿਸੀਜਨ ਆਪਾਂ ਉਠਾਉਣਾ ਆ, ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਉਠਾਉਣਾ ਹੈ, ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਬਰਕਤ ਹੈਗੀ ਹੈ। ਆਮੇਨ। ਸੋ ਇਹ ਤਾਂ ਸੀਗਾ ਪ੍ਰਭੂ ਦੇ ਤੀਸਰੇ ਨੰਬਰ ਤੇ। ਚੌਥੇ ਨੰਬਰ ਤੇ ਆਪਾਂ ਇੱਕ ਹੋਰ ਗੱਲ ਦੇਖਾਂਗੇ, ਮਿਲਦੀ ਜੁਲਦੀ ਹੈਗੀ ਆ। ਕਦੇ ਵੀ ਕੋਈ ਡਿਸੀਜਨ ਨਹੀਂ ਉਠਾਉਣਾ ਜਦੋਂ ਤੁਸੀਂ ਅੰਡਰ ਪ੍ਰੈਸ਼ਰ ਹੋ। ਇਹ ਤੋਂ ਪਹਿਲਾਂ ਪੁਆਇੰਟ ਜਿਹੜਾ ਆਪਾਂ ਦੇਖਿਆ ਸੀਗਾ, ਉਹ ਤਾਂ ਸੀ ਕਿਸੇ ਨੂੰ ਖੁਸ਼ ਕਰਨ ਦੇ ਵਾਸਤੇ। ਹੁਣ ਇੱਥੇ ਅੰਡਰ ਪ੍ਰੈਸ਼ਰ ਹੋ, ਤੁਹਾਡੇ ਕੰਮ 'ਤੇ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇਗਾ, ਤੁਹਾਡੇ ਪਰਿਵਾਰ ਬਾਰੇ ਤੁਹਾਨੂੰ ਪ੍ਰੈਸ਼ਰਾਈਜ਼ ਕਰਨਗੇ, ਤੁਹਾਡੇ ਦੋਸਤ ਤੁਹਾਨੂੰ ਪ੍ਰੈਸ਼ਰਾਈਜ਼ ਕਰਨਗੇ, ਫਾਈਨੈਂਸ਼ੀਅਲੀ ਤੁਸੀਂ ਪ੍ਰੈਸ਼ਰ ਮਹਿਸੂਸ ਕਰ ਰਹੇ ਹੋ, ਫਿਜ਼ੀਕਲੀ ਤੁਸੀਂ ਪ੍ਰੈਸ਼ਰ ਮਹਿਸੂਸ ਕਰ ਰਹੇ ਹੋ, ਤੇ ਤੁਸੀਂ ਉਹ ਪ੍ਰੈਸ਼ਰ ਥੱਲੇ ਆ ਕੇ ਡਿਸੀਜਨ ਉਠਾ ਲਓ। ਗੱਲ ਤੋਂ ਜ਼ਿਆਦਾ ਹੈ। ਕਈ ਵਾਰ ਕੋਈ ਉਹ ਸੇਲਜ਼ਮੈਨ ਆਉਂਦੇ ਨੇ ਨਾ, ਆ ਕੇ ਬਹਿ ਜਾਂਦੇ ਨੇ ਤੁਹਾਡੇ ਸਾਹਮਣੇ, ਕਹਿੰਦੇ ਨੇ ਭੈਣ ਜੀ ਮੈਂ ਤੁਹਾਨੂੰ ਜੀ ਜ਼ਬਰਦਸਤ ਜੀ ਸੂਟ ਦਿਖਾ ਰਿਹਾ ਹੈਗਾ, ਬਹੁਤ ਜ਼ਬਰਦਸਤ, ਤੁਸੀਂ ਪਾ ਲਓ ਇੱਕ ਵਾਰ, ਤੁਹਾਡਾ ਲਾਹ ਨੂੰ ਦਿੱਲੀ ਕਰੇਗਾ ਜੀ, ਤੁਹਾਡਾ ਦਿਲ ਕਰੇਗਾ, ਮੈਂ ਇਹਦੇ ਨਾਲ ਸੋਵਾਂ ਵੀ, ਇਹਦੇ ਨਾਲ ਵੀ ਨਾਵਾਂ ਵੀ, ਇਹਦੇ ਨਾਲ ਵੀ ਖਾਵਾਂ ਵੀ, ਇਹਦੇ ਨਾਲ ਵੀ ਪੀਵਾਂ ਵੀ ਇਹਦੇ ਨਾਲ। ਔਰ ਨਹੀਂ ਨਹੀਂ ਜੀ ਮੈਂ ਨਹੀਂ ਲੈਣਾ, ਨਹੀਂ ਮੈਂ ਲੈਣਾ, ਲੇਕਿਨ ਜੋ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਤੁਹਾਨੂੰ ਇੰਨਾ ਪ੍ਰੈਸ਼ਰ ਕਰ ਦਿੰਦੇ, ਲਾ ਦਿੰਦੇ ਨੇ, ਪ੍ਰੈਸ਼ਰ ਪਾ ਦਿੰਦੇ ਨੇ, ਤੁਸੀਂ ਡਿਸੀਜਨ ਉਠਾ ਬੰਨੇ ਹੋ, ਅਤੇ ਬਾਅਦ ਵਿੱਚ ਖਰੀਦ ਲੈਣੇ ਹੋ। ਸੇਲਜ਼ਮੈਨ ਜਿਹੜੇ ਆ ਕੇ ਨੇ ਆ ਕੇ ਤੁਹਾਨੂੰ ਇਨਫਲੂਐਂਸ ਕਰਦੇ ਨੇ, ਤੁਹਾਨੂੰ ਬੋਲਦੇ ਨੇ, ਤੁਹਾਨੂੰ ਦਿਖਾਉਂਦੇ ਨੇ ਚੀਜ਼ਾਂ 'ਤੇ, ਤੁਹਾਨੂੰ ਇਨਫਲੂਐਂਸ ਕਰਦੇ ਨੇ ਤਾਂ ਕਿ ਤੁਸੀਂ ਡਿਸੀਜਨ ਉਠਾਓ, ਤਾਂ ਕਿ ਤੁਸੀਂ ਉਹ ਲੈ ਲਵੋ। ਸੋ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਦੇਖਿਆ ਹੋਵੇਗਾ ਵੀ ਕਈ ਇੱਦਾਂ ਦੇ ਸਟੋਰ ਹੈਗੇ ਨੇ ਆਪਣੇ ਇੱਥੇ, ਕਿ ਜਦੋਂ ਤੁਸੀਂ ਉਹਦਾ ਇੱਕ ਦਰਵਾਜ਼ਾ, ਇੱਕ ਐਂਟਰੈਂਸ ਆ, ਇੱਕ ਐਗਜ਼ਿਟ ਆ, ਅਤੇ ਉਹਦਾ ਇੱਦਾਂ ਨਹੀਂਗਾ ਵੀ ਤੁਸੀਂ ਮਤਲਬ ਕਿੰਨੇ ਦਰਵਾਜ਼ੇ ਹੋਣੇ, ਤੂੰ ਤੁਹਾਨੂੰ ਇੱਕ ਥਾਂ ਨਹੀਂ ਬੜਾਉਂਗੇ, ਤੁਸੀਂ ਐਂ ਚੱਕਰ ਕਰਕੇ, ਐਂ ਚੱਕਰ ਕਰਕੇ, ਐਂ ਚੱਕਰ ਕਰਕੇ ਦੂਜੀ ਥਾਂ ਬਾਹਰ ਨਿਕਲ ਜਾਓ। ਉਹ ਲੈਣ ਜਾਣਾ ਤੁਸੀਂ ਸਿਰਫ ਦੁੱਧ ਲੈਣ ਜਾਣਾ, ਇੱਕ ਚੀਜ਼ ਲੈਣ ਜਾਣੀ ਆ, ਲੇਕਿਨ ਤੁਹਾਨੂੰ ਐਸੇ ਵਿੱਚੋਂ ਨਘਾਣਗੇ ਉਹ, ਕਿਉਂ ਨਘਾ ਰਹੇ ਨੇ, ਤੁਹਾਨੂੰ ਅੰਡਰ ਪ੍ਰੈਸ਼ਰ ਪਾ ਰਹੇ ਨੇ, ਤਾਂ ਕਿ ਤੁਸੀਂ ਜਦੋਂ ਜਾਓ ਤੁਹਾਨੂੰ ਗੁਜ਼ਰੋ ਅਗਲਾ ਥਾਂ ਦੀ ਗੁਜ਼ਰੋ, ਜਦੋਂ ਪੈਣਾ ਨੂੰ ਕਦੇ ਵੀ ਨਾਲ ਲੈ ਕੇ ਨਾ ਜਾਓ, ਕਿਉਂਕਿ ਜੇ ਤੁਸੀਂ ਨਾਲ ਲੈ ਕੇ ਜਾਓਗੇ ਪੈਰਾਂ ਨੂੰ, ਤੇ ਉਹ ਵਿਚਾਰੀਆਂ ਅਜਮਾਇਸ਼ ਵਿੱਚ ਆ ਜਾਣਗੀਆਂ, ਹਾਏ ਮੈਂ ਇਹ ਵੀ ਲੈਣਾ, ਹਾਂਜੀ ਇਹ ਵੀ ਲੈ ਲਈਏ, ਆਹ ਕਿੰਨਾ ਸੋਹਣਾ, ਇੱਕ ਚੰਗੀ ਪ੍ਰਾਈਸ ਵਿੱਚ ਲੱਗਿਆ, ਇਹ ਜੀ ਸੇਲ ਵਿੱਚ ਲੱਗਿਆ, ਇਹ 50% ਔਫ ਲੱਗਿਆ ਜੀ, ਇਹ 80% ਔਫ ਲੱਗਿਆ ਜੀ, ਆਹ ਵੀ ਲੈ ਲਓ, ਉਹ ਵੀ ਲੈ ਲਓ। ਉਹ ਦੁੱਧ ਲੈਣ ਗਏ ਸੀ, ਦੁੱਧ ਭੁੱਲਿਆ ਹੈ, ਬਾਕੀ ਸਾਰਾ ਸਾਰਾ ਸਮਾਨ ਚੱਕ ਲਿਆ, ਹਾਏ ਤੁਸੀਂ ਦੁੱਧ ਤਾਂ ਭੁੱਲਿਆ, ਦੁੱਧ ਭੁੱਲਿਆ। ਜਦੋਂ ਵੀ ਤੁਸੀਂ ਅੰਡਰ ਪ੍ਰੈਸ਼ਰ ਹੋਵੋ ਨਾ, ਡਿਸੀਜਨ ਨਹੀਂ ਉਠਾਉਣਾ, ਪ੍ਰਭੂ ਦਾ ਵਚਨ ਕਲੀਅਰਲੀ ਦੱਸਦਾ ਹੈ। ਆਓ ਦੇਖੀਏ ਸੈਕਿੰਡ ਕੋਰਿੰਥੀਅਨ ਚੈਪਟਰ 9 ਵਰਸ 7 ਪੜਾਂਗੇ ਪੰਜਾਬੀ ਦੇ ਵਿੱਚ। ਸੈਕਿੰਡ ਕੋਰਿੰਥੀਅਨ 9 ਦਾ 7, ਜੀ ਹਾਂ, ਦੂਜਾ ਕੋਰਿੰਥੀਅਨ 9:7, ਹੋਰ ਕੋਈ ਆਪਣੇ ਦਿਲ ਨਾਲ ਪਹਿਲਾਂ ਫੈਸਲੇ ਕੀਤੇ ਅਨੁਸਾਰ ਦੇਵੇ, ਇਹ ਵੀ ਕਿਸੇ ਦਬਾਓ ਜਾਂ ਦੁਖੀ ਮਨ ਨਾਲ ਨਾ, ਕਿਉਂਕਿ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। ਪੌਲਸ ਵੀ ਕਹਿੰਦਾ ਆ, ਪੌਲਸ ਕਹਿੰਦਾ ਹੈ ਕਿ ਜਦੋਂ ਤੁਸੀਂ ਕਲੀਸਿਯਾ ਵਿੱਚ ਆਉਂਦੇ ਹੋ ਤੇ ਤੁਸੀਂ ਆਫਰਿੰਗ ਦੇਣੀ ਆ, ਤੁਸੀਂ ਟਾਈਟਿੰਗ ਦੇਣੀ ਆ, ਤੁਸੀਂ ਆਪਣੇ ਪੂਰੇ ਦਿਲ ਨਾਲ ਦੇਣੀ ਆ, ਕਿਸੇ ਪ੍ਰੈਸ਼ਰ ਥੱਲੇ ਆ ਕੇ ਨਹੀਂ ਦੇਣੀ। ਕਈ ਵਾਰ ਇਹ ਜਿਹੜੇ ਟੀਵੀ ਇਵੈਂਜਲਿਸਟ ਹੈਗੇ ਨੇ, ਉਹਨਾਂ ਦਾ ਜਿਹੜਾ ਮੈਸੇਜ ਸੈਲਵੇਸ਼ਨ ਦਾ ਹੁੰਦਾ ਉਹ ਛੋਟਾ ਹੋਏਗਾ, ਲੇਕਿਨ ਜਿਹੜਾ ਆਫਰਿੰਗ ਦਾ ਮੈਸੇਜ ਹੋ ਗਿਆ ਉਹ ਵੱਡਾ ਹੋ ਜਾਂਦਾ ਕਈ ਵਾਰ, ਤੇ ਉਹ ਆਫਰਿੰਗ ਦੇ ਉੱਤੇ ਐਸਾ ਇਨਕਰੇਜ ਕਰਦੇ ਨੇ, ਐਸਾ ਇਨਕਰੇਜ ਕਰਦੇ ਨੇ, ਲੇਕਿਨ ਇੰਝ ਲੱਗਦਾ ਵੀ ਉਹ ਇੰਨਾ ਪ੍ਰੈਸ਼ਰਾਈਜ਼ ਕਰ ਦਿੰਦੇ ਨੇ, ਇੰਨਾ ਪ੍ਰੈਸ਼ਰਾਈਜ਼ ਕਰ ਦਿੰਦੇ ਨੇ, ਤੇ ਮੱਲੋ ਮੱਲੀ ਬੰਦਾ ਕੱਢਣਾ ਚਾਹੁੰਦਾ ਹੁੰਦਾ ਵੀ $10, ਲੇਕਿਨ ਸ਼ਾਇਦ ਉਹ $10,000 ਦੇ ਕੇ ਨਿਕਲਦਾ ਉੱਥੋਂ। ਮਤਲਬ ਪ੍ਰੈਸ਼ਰਾਈਜ਼ ਕਦੇ ਵੀ ਆਫਰਿੰਗ ਜਿਹੜੀ ਆ ਪ੍ਰੈਸ਼ਰਾਈਜ਼ ਹੋ ਕੇ ਨਹੀਂ ਦੇਣੀ, ਪ੍ਰੈਸ਼ਰ ਥੱਲੇ ਆ ਕੇ ਆਫਰਿੰਗ ਨਹੀਂ ਦੇਣੀ, ਤਾਂ ਹੀ ਆਪਾਂ ਕਦੇ ਵੀ ਆਫਰਿੰਗ 'ਤੇ ਜ਼ਿਆਦਾ ਫੋਕਸ ਨਹੀਂ ਪਾਉਂਦੇ, ਆਪਣਾ ਫੋਕਸ ਪ੍ਰਭੂ ਯਿਸੂ ਮਸੀਹ ਜੀ ਉੱਤੇ ਆ। ਪ੍ਰਭੂ ਦਾ ਵਚਨ ਆਪਾਂ ਨੂੰ ਸਿਖਾਉਂਦਾ ਵੀ ਜਦੋਂ ਵੀ ਦੇਈਏ ਦਿਲੋਂ ਦੇਈਏ,
ਕਦੇ ਵੀ ਪ੍ਰੈਸ਼ਰ ਨਾ ਪਾਈਏ ਕਿਸੇ ਨੂੰ ਐਵੇਂ ਹਾਂ ਆਪਾਂ ਦੱਸੀਏ ਕੀ ਫਾਇਦੇ ਨੇ ਉਹਦੇ ਆਪਾਂ ਦੱਸੀਏ ਵੀ ਟਾਈਡਿੰਗ ਦੇ ਕੀ ਫਾਇਦੇ ਨੇ ਆਫਰਿੰਗ ਦੇ ਕੀ ਫਾਇਦੇ ਨੇ ਲੇਕਿਨ ਬਸ ਉਹ ਤੋਂ ਬਾਅਦ ਪ੍ਰਾਰਥਨਾ ਕਰੀਏ ਉਹਨਾਂ ਦੇ ਲਈ ਤਾਂ ਕਿ ਪਾਖਰੂ ਉਹਨਾਂ ਨੂੰ ਗੱਲ ਕਰੇ ਪਾਖਰੂ ਉਹਨਾਂ ਦੇ ਦਿਲ ਨਾਲ ਗੱਲ ਕਰੇ ਪਾਖਰੂ ਉਹਨਾਂ ਨੂੰ ਦਿਖਾਵੇ ਵੀ ਉਹਨਾਂ ਦੇ ਲਈ ਬਰਕਤ ਆ ਉਹਨਾਂ ਦੇ ਪਰਿਵਾਰ ਵਾਲੀ ਹੀ ਬਰਕਤ ਆ ਲੇਕਿਨ ਆਪਾਂ ਕਦੇ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਨਾ ਕਰੀਏ ਐਵੇਂ ਪ੍ਰੈਸ਼ਰ ਥੱਲੇ ਆ ਕੇ ਕਦੇ ਵੀ ਕੋਈ ਡਿਸੀਜਨ ਨਾ ਉਠਾਵੋ ਐਵੇਂ ਸੋ ਪ੍ਰਭੂ ਨੂੰ ਪਾਉਂਦੀਆਂ ਨਹੀਂ ਇਹ ਗੱਲਾਂ ਜਦੋਂ ਵੀ ਦੇਈਏ ਦਿਲ ਨਾਲ ਦਈਏ ਐਵੇਂ ਥੋੜਾ ਦਿਲ ਕਰੇ ਦੇਣ ਨੂੰ ਆਹ ਮੇਰਾ ਦਿਲ ਕਰਦਾ ਜੇ ਬਰਕਤ ਦੇਣ ਨੂੰ ਮੇਰਾ ਦਿਲ ਕਰਦਾ ਦੇਣ ਨੂੰ ਅੱਜ ਹੈ ਉੱਥੇ ਫਿਰ ਪ੍ਰਭੂ ਦੀ ਬਰਕਤ ਆਉਂਦੀ ਹੈਗੀ ਪਰਮੇਸ਼ਵਰ ਦਾ ਬੱਚਾ ਆਪਾਂ ਨੂੰ ਇਹ ਦੱਸਦਾ ਹੈਗਾ ਪ੍ਰਭੂ ਐਵੇਂ ਸੋ ਹੁਣ ਮੁਕਦੀ ਗੱਲ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹ ਰਿਹਾ ਮੁਕਦੀ ਗੱਲ ਆਹ ਦੇਖਾਂਗੇ ਲੂਕ ਚੈਪਟਰ 15 ਵਰਸ 18 ਦੇ ਵਿੱਚ ਮੈਂ ਤੁਹਾਡੇ ਨਾਲ ਦੋ ਗੱਲਾਂ ਸ਼ੇਅਰ ਕਰਾਂਗਾ ਖਤਮ ਕਰਾਂਗੇ ਆਪਾਂ ਲੂਕ ਚੈਪਟਰ 15 ਵਰਸ 18 ਦੇਖਾਂਗੇ ਪੰਜਾਬੀ ਚ ਜੀ ਹਾਂ ਲੂਕ 15 ਦਾ 18 ਹੁਣ ਮੈਂ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ ਪਿਤਾ ਜੀ ਮੈਂ ਪਰਮੇਸ਼ਰ ਦੇ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਜ਼ਬਰਦਸਤ ਇਹ ਮੁੰਡਾ ਜਿਹੜਾ ਆਪਣੇ ਪਿਤਾ ਨੂੰ ਛੱਡ ਕੇ ਆਪਣੇ ਘਰ ਬਾਰ ਛੱਡ ਕੇ ਚਲਿਆ ਗਿਆ ਸੀ ਉਹਨੇ ਇੰਨੇ ਗਲਤ ਡਿਸੀਜਨ ਉਠਾਏ ਆਪਣੀ ਜ਼ਿੰਦਗੀ 'ਚ ਇੰਨੇ ਗਲਤ ਡਿਸੀਜਨ ਉਠਾਏ ਇੰਨੇ ਗਲਤ ਡਿਸੀਜਨ ਉਠਾਏ ਉਹਦਾ ਇੱਕ ਚੰਗਾ ਡਿਸੀਜਨ ਉਹਦਾ ਉਹਦੇ ਦੋ ਚੰਗੇ ਡਿਸੀਜਨ ਐਸਾ ਕੰਮ ਕਰ ਗਏ ਕਿ ਬਾਕੀ ਪੁਰਾਣੇ ਸਾਰੇ ਮਾੜੇ ਡਿਸੀਜਨ 'ਤੇ ਪਾਣੀ ਪਾ ਗਏ ਜਾਣੀ ਕਿ ਅੱਜ ਵੀ ਜੇ ਤੁਹਾਨੂੰ ਐਂ ਲੱਗੇ ਵੀ ਪਾਸਟਰ ਜੀ ਅਸੀਂ ਬਹੁਤ ਗਲਤ ਡਿਸੀਜਨ ਉਠਾਏ ਨੇ ਅਸੀਂ ਬਹੁਤ ਖਰਾਬ ਡਿਸੀਜਨ ਉਠਾਏ ਨੇ ਤਾਂ ਹੁਣ ਅਸੀਂ ਕੀ ਕਰੀਏ ਹੁਣ ਤੁਸੀਂ ਮਰ ਗਏ ਨਹੀਂ ਤੁਸੀਂ ਚੰਗਾ ਡਿਸੀਜਨ ਉਠਾਓ ਤੁਹਾਡਾ ਇੱਕ ਚੰਗਾ ਡਿਸੀਜਨ ਇੱਕ ਗੁੱਡ ਡਿਸੀਜਨ ਦੋ ਗੁੱਡ ਡਿਸੀਜਨ ਮਗਰਲੇ ਪੁਰਾਣੇ ਸਾਰੇ ਗਲਤ ਡਿਸੀਜਨ 'ਤੇ ਪਾਣੀ ਪਾ ਸਕਦੇ ਨੇ ਅਤੇ ਤੁਸੀਂ ਬਰਕਤਾਂ ਵਾਲੇ ਰਾਹ 'ਤੇ ਜਾ ਸਕਦੇ ਹੋ ਤੁਹਾਨੂੰ ਯਾਦ ਆਏਗਾ ਇੱਕ ਦਿਨ ਸੀਗੇ ਜਿਹਨਾਂ ਆਪਾਂ ਪੜ੍ਹਿਆ ਪ੍ਰਭੂ ਦੇ ਵਿੱਚ ਅਤੇ ਇਹ ਜਿਹੜਾ ਮੁੰਡਾ ਸੀਗਾ ਕਹਿਣ ਲੱਗਿਆ ਆਪਣੇ ਮਨ ਵਿੱਚ ਵਾਹ ਕਹਿੰਦਾ ਮੈਂ ਜਾਵਾਂਗਾ ਆਈ ਵਿਲ ਗੋ ਐਂਡ ਰਿਟਰਨ ਟੂ ਮਾਈ ਫਾਦਰ ਉਹ ਪਰਮੇਸ਼ਰ ਪਿਤਾ ਮੈਂ ਤੇਰੇ ਖਿਲਾਫ਼ ਪਾਪ ਕੀਤਾ ਆ ਉਹ ਪ੍ਰਭੂ ਜੀ ਮੈਂ ਤੇਰੇ ਖਿਲਾਫ਼ ਪਾਪ ਕੀਤਾ ਆ ਉਹ ਮੇਰੀਆਂ ਅੱਖਾਂ ਹੁਣ ਖੁੱਲੀਆਂ ਨੇ ਮੈਨੂੰ ਮਾਫ਼ ਕਰ ਦੇ ਪ੍ਰਭੂ ਜੀ ਮੈਂ ਮੁੜ ਜਾਂਗਾ ਆਪਣੇ ਪਿਤਾ ਦੇ ਘਰੇ ਮੈਂ ਮੁੜ ਜਾਂਗਾ ਆਪਣੇ ਪਿਤਾ ਦੇ ਘਰੇ ਮੈਨੂੰ ਮਾਫ਼ ਕਰ ਦੇ ਜੋ ਡਿਸਾਈਡ ਕਰਦਾ ਆ ਡਿਸੀਜਨ ਉਠਾਉਂਦਾ ਆ ਆਪਣੇ ਪਿਤਾ ਦੇ ਘਰੇ ਵਾਪਸ ਜਾਣ ਦਾ ਅਤੇ ਜਦੋਂ ਪਿਤਾ ਦੇ ਘਰੇ ਵਾਪਸ ਜਾਂਦਾ ਆ ਪਰਮੇਸ਼ਰ ਉਹਦੀ ਜ਼ਿੰਦਗੀ 'ਤੇ ਬਹੁਤ ਵੱਡੀ ਰੈਸਟੋਰੇਸ਼ਨ ਲੈ ਕੇ ਆਉਂਦਾ ਆ ਤੁਹਾਡਾ ਇੱਕ ਚੰਗਾ ਡਿਸੀਜਨ ਪੁਰਾਣੇ ਹਜ਼ਾਰਾਂ ਡਿਸੀਜਨ 'ਤੇ ਪਾਣੀ ਪਾ ਸਕਦਾ ਆ ਪ੍ਰਭੂ ਦੇ ਪੈਰੋਂ ਆਓ ਚੰਗੇ ਡਿਸੀਜਨ ਉਠਾਈਏ ਆਓ ਪ੍ਰਭੂ ਵੱਲ ਨੂੰ ਵਧੀਏ ਆਓ ਪਰਮੇਸ਼ਰ ਦੇ ਘਰ ਵੱਲ ਨੂੰ ਵਧੀਏ ਆਓ ਪ੍ਰਭੂ ਦੀ ਹਜ਼ੂਰੀ ਵਿੱਚ ਵਧੀਏ ਆਓ ਪਾਕਰੂ ਦੇ ਵਿੱਚ ਵਧੀਏ ਆਓ ਪ੍ਰਭੂ ਦੇ ਬਚਨਾਂ ਵਿੱਚ ਵਧੀਏ ਅਤੇ ਤੁਸੀਂ ਦੇਖੋਗੇ ਕਿ ਜਿਹੜੇ ਪੁਰਾਣੇ ਡਿਸੀਜਨ ਸੀ ਉਹ ਕੈਂਸਲ ਕਰ ਦਿੱਤੇ ਜਾਣਗੇ ਡਿਸਮਿਸ ਕਰ ਦਿੱਤੇ ਜਾਣਗੇ ਅਤੇ ਤੁਹਾਡੀ ਨਈ ਜ਼ਿੰਦਗੀ ਦੇ ਵਿੱਚ ਨਈ ਬਹਾਰ ਆ ਜਾਵੇਗੀ ਐਵੇਂ ਜ਼ਬਰਦਸਤ ਪ੍ਰਭੂ ਦੇ ਪੈਣਾ ਹੁਣ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਜਦੋਂ ਵੀ ਕੋਈ ਤੁਸੀਂ ਡਿਸੀਜਨ ਉਠਾਉਂਦੇ ਹੋ ਤੁਹਾਨੂੰ ਯਾਦ ਹੈ ਕਿ ਪਰਮੇਸ਼ਰ ਦੀ ਗ੍ਰੇਸ ਰਿਲੀਜ਼ ਕੀਤੀ ਜਾਂਦੀ ਹੈ ਜੇ ਤੁਸੀਂ ਰਾਈਟ ਡਿਸੀਜਨ ਉਠਾਓ ਹਰ ਉਹ ਡਿਸੀਜਨ ਜਿਹੜਾ ਤੁਸੀਂ ਰੱਬ ਵੱਲ ਨੂੰ ਉਠਾਉਂਦੇ ਹੋ ਪਰਮਾਤਮਾ ਵੱਲ ਨੂੰ ਉਠਾਉਂਦੇ ਹੋ ਉਹਦੇ ਥਾਈਂ ਤੁਹਾਡੇ ਡਿਸੀਜਨ ਉਠਾਉਣ ਦੇ ਨਾਲ ਤੁਹਾਡੇ ਉੱਤੇ ਤੁਹਾਡੇ ਪਰਿਵਾਰ ਦੇ ਉੱਤੇ ਗ੍ਰੇਸ ਰਿਲੀਜ਼ ਕੀਤੀ ਜਾਂਦੀ ਹੈ ਕਿਰਪਾ ਰਿਲੀਜ਼ ਕੀਤੀ ਜਾਂਦੀ ਹੈ ਬਰਕਤ ਰਿਲੀਜ਼ ਕੀਤੀ ਜਾਂਦੀ ਹੈ ਜਸ਼ੁਆ ਚੈਪਟਰ 24 ਪੜਾਂਗੇ ਜਸ਼ੁਆ ਚੈਪਟਰ 24 ਤੇ ਵਰਸ 15 ਪੜਾਂਗੇ ਫਿਰ ਵਰਸ 24 ਪੜਾਂਗੇ ਇਕੱਠੇ ਪੜਾਂਗੇ ਜਸ਼ੁਆ 24:15 ਜਸ਼ੁਆ 24:24 ਆਓ ਦੇਖੀਏ ਪੰਜਾਬੀ ਯਹੋਸ਼ੁਆ 24:15-24 ਪਰ ਜੇਕਰ ਤੁਸੀਂ ਪ੍ਰਭੂ ਦੀ ਸੇਵਾ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਦੇ ਦਿਨ ਇਸ ਗੱਲ ਦਾ ਫੈਸਲਾ ਕਰ ਲਵੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ ਪ੍ਰਭੂ ਦੀ ਜਾਂ ਉਹਨਾਂ ਦੇਵਤਿਆਂ ਦੀ ਜਿਨ੍ਹਾਂ ਦੀ ਫਰਾਤ ਦਰਿਆ ਤੋਂ ਪਾਰ ਤੁਹਾਡੇ ਪੁਰਖੇ ਕਰਦੇ ਸਨ ਜਾਂ ਅਮੋਰੀ ਲੋਕਾਂ ਦੇ ਦੇਵਤਿਆਂ ਦੀ ਜਿਨ੍ਹਾਂ ਦੀ ਧਰਤੀ 'ਤੇ ਤੁਸੀਂ ਇਸ ਵੇਲੇ ਰਹਿ ਰਹੇ ਹੋ ਪਰ ਜਿੱਥੋਂ ਤੱਕ ਮੇਰਾ ਅਤੇ ਮੇਰੇ ਟੱਬਰ ਦੇ ਲੋਕਾਂ ਦਾ ਸਵਾਲ ਹੈ ਅਸੀਂ ਤਾਂ ਆਪਣੇ ਪ੍ਰਭੂ ਦੀ ਹੀ ਸੇਵਾ ਕਰਾਂਗੇ ਆਇਤ 24 ਲੋਕਾਂ ਨੇ ਯਹੋਸ਼ੂਆ ਨੂੰ ਕਿਹਾ ਅਸੀਂ ਪ੍ਰਭੂ ਆਪਣੇ ਪਰਮੇਸ਼ਰ ਦੀ ਸੇਵਾ ਕਰਾਂਗੇ ਅਤੇ ਉਸ ਦੀ ਆਗਿਆ ਮੰਨਾਂਗੇ ਜ਼ਬਰਦਸਤ 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 ਯਹੋਸ਼ੂਆ ਨੇ ਡਿਸੀਜਨ ਉਠਾਇਆ ਔਰ ਯਹੋਸ਼ੂਆ ਨੇ ਕਿਹਾ ਮੈਂ ਤੇ ਮੇਰਾ ਘਰਾਨਾ ਤਾਂ ਪਰਮੇਸ਼ਰ ਦੀ ਹੀ ਸੇਵਾ ਕਰਾਂਗੇ ਵਾਹ ਉਹ ਯਹੋਸ਼ੂਆ ਨੇ ਜਦੋਂ ਡਿਸੀਜਨ ਉਠਾਇਆ ਉਹਨੇ ਪ੍ਰੋਕਲੇਮ ਕਰ ਦਿੱਤਾ ਆਪਣੇ ਮੂੰਹ ਤੋਂ ਕਿ ਮੇਰਾ ਘਰਾਨਾ ਵੀ ਪਰਮੇਸ਼ਵਰ ਦੀ ਸੇਵਾ ਕਰੇਗਾ ਅੱਜ ਜੇ ਤੁਸੀਂ ਡਿਸੀਜਨ ਉਠਾਉਂਦੇ ਹੋ ਕਿ ਮੈਂ ਤਾਂ ਪ੍ਰਭੂ ਦੀ ਸੇਵਾ ਕਰਾਂਗਾ ਮੈਂ ਤਾਂ ਪ੍ਰਭੂ ਦੇ ਰਾਜ ਵਿੱਚ ਤੁਰਾਂਗਾ ਮੈਂ ਤਾਂ ਪਰਮਾਤਮਾ ਖੁਦਾਵੰਦ ਰਾਸਤੇ ਵਿੱਚ ਚੱਲਾਂਗਾ ਤੁਹਾਡਾ ਘਰਾਨਾ ਵੀ ਕਿਰਪਾ ਤੇ ਦਇਆ ਪਰਮੇਸ਼ਵਰ ਦੀ ਪ੍ਰਾਪਤ ਕਰੇਗਾ ਤੇ ਉਹ ਵੀ ਪ੍ਰਭੂ ਦੇ ਵਿੱਚ ਅੱਗੇ ਵਧੇਗਾ ਆਮੇਨ ਮੈਂ ਤੇ ਮੇਰਾ ਘਰਾਨਾ ਵੀ ਪਰਮੇਸ਼ਵਰ ਦੀ ਸੇਵਾ ਵਿੱਚ ਅੱਗੇ ਵਧਾਂਗੇ
ਸੋ ਪ੍ਰਭੂ ਦੇ ਭੈਣੋ ਅੱਜ ਤੋਂ ਬਾਅਦ ਜਿੰਨੇ ਵੀ ਡਿਸੀਜਨ ਤੁਸੀਂ ਉਠਾਉਣੇ ਨੇ ਇਹਨਾਂ ਵਚਨਾਂ ਨੂੰ ਆਪਣੇ ਮਨ ਵਿੱਚ ਰੱਖ ਕੇ ਉਠਾਉਣੇ ਨੇ ਤਾਂ ਕਿ ਆਪਾਂ ਕੋਈ ਗਲਤੀ ਨਾ ਕਰ ਸਕੀਏ। ਮੇਰੀ ਪ੍ਰਾਰਥਨਾ ਹੈ ਉਹ ਸੱਚੇ ਪਰਮਾਤਮਾ ਦੇ ਅੱਗੇ ਕਿ ਤੁਸੀਂ ਤੇ ਤੁਹਾਡਾ ਘਰਾਣਾ ਪਰਮੇਸ਼ਵਰ ਦੀ ਹੀ ਸੇਵਾ ਕਰ ਸਕੋ, ਸ਼ੈਤਾਨ ਦੀ ਹਾਰ ਹੋ ਸਕੇ, ਪਰਮੇਸ਼ਵਰ ਦੀ ਜਿੱਤ ਹੋ ਸਕੇ। ਯਾਦ ਰੱਖੋ ਤੁਹਾਡਾ ਇੱਕ ਡਿਸੀਜਨ, ਚੰਗਾ ਡਿਸੀਜਨ, ਇੱਕ ਸਹੀ ਡਿਸੀਜਨ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਪ੍ਰਭੂ ਦੇ ਪਰਮਾਤਮਾ ਦੇ ਰਾਸਤੇ ਵਿੱਚ ਲੈ ਕੇ ਜਾ ਸਕਦਾ, ਤਰੱਕੀਆਂ ਦੇ ਰਾਹ 'ਚ ਲੈ ਕੇ ਜਾ ਸਕਦਾ, ਬੁਲੰਦੀਆਂ ਦੇ ਵਿੱਚ ਲੈ ਕੇ ਜਾ ਸਕਦਾ, ਤੇ ਪੁਰਾਣੇ ਜਿੰਨੇ ਵੀ ਗਲਤ ਡਿਸੀਜਨ ਤੁਹਾਡੇ ਹੈਗੇ ਨੇ ਉਹ ਤਹਿਸ ਨਹਿਸ ਕਰ ਦਿੱਤੇ ਜਾਣਗੇ, ਉਹਨਾਂ ਦੇ ਪਾਣੀ ਫਿਰ ਦਿੱਤਾ ਜਾਵੇਗਾ। ਆਮੇਨ। ਆਓ ਆਪਾਂ ਸਾਰੇ ਮਿਲ ਕੇ ਅੱਜ ਕਹੀਏ ਮੈਂ ਤੇ ਮੇਰਾ ਘਰਾਣਾ ਪਰਮੇਸ਼ਵਰ ਦੀ ਹੀ ਸੇਵਾ ਕਰਾਂਗੇ। ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਭਨਾਂ ਨਾਲ ਹੋਵੇ ਜਿਉਂ ਜਿਉਂ ਤੁਸੀਂ ਆਪਣੀ ਜ਼ਿੰਦਗੀ ਚ ਡਿਸੀਜਨਸ ਉਠਾਉਂਦੇ ਹੋ, ਫੈਸਲੇ ਲੈਂਦੇ ਹੋ। ਤੁਹਾਡਾ ਹਰ ਇੱਕ ਫੈਸਲਾ ਖੁਦਾਵੰਦ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਨੂੰ ਉੱਚਾ ਕਰ ਸਕੇ, ਯਿਸੂ ਮਸੀਹ ਦੇ ਨਾਮ ਚ। ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ।